ਸੋ ਸਸ਼ਕਾਲ ਜੀ ਸਾਰਿਆਂ ਨੂੰ ਅਸੀਂ ਬਲਬੀਰ ਸਟੋਰ ਪੋਸਟ ਆਫਿਸ ਸੌਂਗ ਮੋਰਲ ਟਾਊਨ ਲੁਧਿਆਣਾ ਤੋਂ ਬੋਲ ਰਹੇ ਹਾਂ ਜੀ ਔਰ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਸਾਡੇ ਕੋਲ ਜਿਹੜੀ ਨਵੀਂ ਕਲੈਕਸ਼ਨ ਆਂਦੀ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਲਾਈਵ ਕਸਟਮਰਸ ਨੂੰ ਸ਼ੋਅ ਕਰਦੇ ਆ ਗਿਆ ਸਾਡੇ ਫੇਸਬੁੱਕ ਵੀਡੀਓ ਦੇ ਰਾਈਂ ਉਸ ਤਰ੍ਹਾਂ ਹੀ ਅੱਜ ਤੁਹਾਨੂੰ ਨਵੀਂ ਵੀਡੀਓਜ਼ ਦਿਖਾਉਣ ਜਾ ਰਹੇ ਹਾਂ ਜੀ ਜਿਦੇ ਵਿੱਚ ਤੁਹਾਨੂੰ ਰੈਡੀमेड ਆਰਟੀਕਲਸ ਕੁਝ ਅਸੀਂ ਨਵੇਂ ਦਿਖਾਵਾਂਗੇ ਥੀਸ ਆਰ 올 ਰੈਡੀमेड ਡ्रेसेस ਜਿਨ੍ਹਾਂ ਦੇ ਪ੍ਰਾਈਸ ਰੇਂਜ ਅੱਜ ਆਪਾਂ ਕਵਰ ਕਰਾਂਗੇ ਅਰਾਊਂਡ 9000 ਤੋਂ ਲੈ ਕੇ ਅਟ 18000 ਤੱਕ ਦੀ ਜਿਹੜੀ ਪ੍ਰਾਈਸ ਰੇਂਜ ਆਜ ਆਪਾਂ ਕਵਰ ਕਰਾਂਗੇ ਯਾਨੀ ਕਿ 9000 ਤੋਂ ਲੈ ਕੇ 18000 ਤੱਕ ਦੀ ਰੇਂਜ ਜਿਹੜੀ ਅੱਜ ਤੁਹਾਨੂੰ ਦਿਖਾਵਾਂਗੇ ਸਾਡੀ ਵੀਡੀਓਜ਼ ਦੇ ਵਿੱਚ ਇਸ ਵੀਡੀਓ ਦੇ ਵਿੱਚ ਜਿਹੜੇ ਵੀ ਆਰਟੀਕਲਸ ਨੇ ਜੀ ਸਾਰੇ ਰੈਡੀमेड ਆਗੇ ਨੇ ਇਹਨਾਂ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਇੰਡੋ-वेस्टर्न ਡ्रेसेस ਆਗਿਆ ਨੇ ਵਨ ਪੀਸ ਡ्रेसेस ਆਗਿਆ ਨੇ ਔਰ ਜੈਕਟ ਵਾਲੇ ਆਰਟੀਕਲਸ ਵੀ ਆਣਗੇ ਸੋ ਵੀਡੀਓ ਦੇ ਵਿੱਚ ਜਿਹੜੇ ਅੱਜ ਦੇ ਆਰਟੀਕਲਸ ਨੇ ਜੀ ਸਾਰੇ ਫਰੈਸ਼ ਅਰਾਈਵਲਸ ਨੇ ਮੇਰੇ ਖਿਆਲ ਕਿਸੇ ਵੀ ਕਸਟਮਰ ਨੇ ਦੇਖੇ ਨਹੀਂ ਹੋਣਗੇ ਸਾਡੀ ਵੀਡੀਓ ਦੇ ਵਿੱਚ ਸਾਰੇ ਨਵੇਂ-ਨਵੇਂ ਡਿਜ਼ਾਈਨਸ ਨੇ ਕੁਝ ਆਰਟੀਕਲ 1 2 ਆਰਟੀਕਲ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਰਿਪੀਟ ਚੱਲ ਰਹੇ ਹੈ ਹਿੱਟ ਚੱਲ ਰਹੇ ਉਹ ਵਾਲੇ ਆਰਟੀਕਲ ਰਿਪੀਟ ਹੋਣਗੇ ਬਾਕੀ ਸਾਰੇ ਬਿਲਕੁਲ ਫਰੈਸ਼ ਆਰਟੀਕਲਸ ਆਕੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਆਰਟੀਕਲ ਅੱਛੇ ਲੱਗਣਗੇ ਤੁਸੀਂ ਉਹਨਾਂ ਦਾ ਆਰਡਰ ਜਿਹੜਾ ਪਲੇਸ ਕਰਨਾ ਹੈ 3 ਨੰਬਰ ਸਾਡੇ ਅਵੇਲੇਬਲ ਨੇ ਜੀ ਮੈਂ ਇੱਕ ਵਾਰੀ ਤੁਹਾਨੂੰ ਪ੍ਰੋਸੀਜਰ ਦੱਸ ਦੇਣਾ ਤੁਸੀਂ ਆਰਡਰ ਕਿੱਦਾਂ ਕਰਨਾ ਹੈਗਾ ਇਹ ਸਾਡੇ 3 ਨੰਬਰਸ ਅਵੇਲੇਬਲ ਨੇ WhatsApp ਦੇ ਉੱਤੇ ਤੁਸੀਂ ਕੋਈ ਵੀ ਨੰਬਰ ਆਪਣੇ ਫੋਨ ਤੇ ਇੱਕ ਸੇਵ ਕਰ ਲਓ ਉਹਦੇ ਉੱਤੇ ਆਪਾਂ ਸਕਰੀਨਸ਼ਾਟ ਕਲਿੱਕ ਕਰਕੇ ਸ਼ੇਅਰ ਕਰਨਾ ਹੈਗਾ ਜੋ ਤੁਹਾਨੂੰ ਸਪੋਜ਼ਿੰਗ ਕਿ ਤੁਹਾਨੂੰ ਇਹ ਵਾਲਾ ਫਿਰੋਜ਼ੀ ਵਾਲਾ ਅਗਰ ਆਰਟੀਕਲ ਅੱਛਾ ਲੱਗੇਗਾ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਕਲਿੱਕ ਕਰਕੇ ਸਾਡੇ ਨੰਬਰਸ ਤੇ ਭੇਜ ਦੇਣਾ ਆਪਣਾ ਆਰਡਰ ਬੁੱਕ ਕਰਨ ਦੇ ਲਈ ਐਂਡ ਪਲੀਜ਼ ਰਿਮੈਂਬਰ ਜਿਹੜੇ ਸਾਡੇ ਆਪਣਾ ਰੈਡੀਮੇਡ ਆਰਟੀਕਲਸ ਹੈਗੇ ਨੇ ਇਹਨਾਂ ਦੇ ਵਿੱਚ ਜਿਹੜੀ ਕੁਆਂਟੀਟੀ ਹੈਗੀ ਹੈ ਬਹੁਤ ਸਿੰਗਲ ਸਿੰਗਲ ਹੀ ਹੁੰਦੀ ਹੈ ਸੋ ਦੈਟ ਕਿ ਅਸੀਂ ਥੋੜੀ ਐਕਸਕਲੂਸਿਵਲੀ ਮੇਨਟੇਨ ਕਰ ਸਕੀਏ ਦੈਟ ਇਜ਼ ਵਾਈ ਇਹਨਾਂ ਦੇ ਵਿੱਚ ਕੁਆਂਟੀਟੀ ਲੋ ਹੈ ਸੋ ਜਿਨ੍ਹਾਂ ਨੂੰ ਵੀ ਅੱਛਾ ਲੱਗਿਆ ਤੁਸੀਂ ਨਾਲ ਨਾਲ ਆਪਣਾ ਆਰਡਰ ਪਲੇਸ ਕਰਦੇ ਰਹੋ ਸੋ ਦੈਟ ਕਿ ਤੁਹਾਡੀ ਬੁਕਿੰਗ ਟਾਈਮ ਸੇਰ ਹੋ ਜਾਵੇ ਦੂਸਰਾ ਜਿਹੜੇ ਅੱਜ ਦੇ ਆਰਟੀਕਲ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਜੀ ਆਪਣਾ ਅੱਜ ਦੀ ਰੇਂਜ ਜਿਹੜੀ ਆਪਾਂ ਦਿਖਾਉਣ ਜਾ ਰਹੇ ਹਾਂ 9000 ਤੋਂ ਲੈ ਕੇ 18000 ਤੱਕ ਦੀ ਰੇਂਜ ਹੋएगी ਇੰਡੋ-वेस्टਰਨਸ ਐਂਡ ਵਨ ਪੀਸ ਡ्रेसेस ਫਰੌਗ ਡ्रेसेस ਸਾਰੇ ਡਿਫਰੈਂਟ ਡਿਫਰੈਂਟ ਟਾਈਪਸ ਦੇ ਕੱਟ ਆਪਾਂ ਇਹਦੇ ਵਿੱਚ ਕਵਰ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਵਾਰੀ ਸਾਰੇ ਜਿਹੜੇ ਵੀਡੀਓ ਦੇਖ ਰਹੇ ਨੇ ਸਭ ਨੂੰ ਬਹੁਤ ਪਿਆਰ ਭਰੀ ਸਸ਼ਕਾਲ ਵੈਲਕਮ ਟੂ ਦਾ ਲਾਈਵ ਸ਼ੋਅ ਆਫ ਬਲਬੀ ਸਟੋਰ ਥੋੜਾ ਜ਼ਿਆਦਾ ਟਾਈਮ ਨਾ ਲੈਂਦੇ ਵੇ ਸ਼ੁਰੂ ਕਰ ਰਹੇ ਹਾਂ ਜੀ ਪਹਿਲੇ ਆਰਟੀਕਲ ਤੋਂ ਮਾਜੈਂਟਾ ਪਿੰਕ ਕਲਰ ਦਾ ਆਰਟੀਕਲ ਆਇਆ ਹੈ ਜੀ ਇਹ ਵੀ ਇੰਡੋਗੇਸ਼ਨ ਡਰੈਸ ਦੇ ਵਿੱਚ ਹੈਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਲੁੱਕ ਬਹੁਤ ਸਮਾਰਟ ਹੈ ਇਹਦੇ ਵਿੱਚ ਜਿਹੜਾ ਵਨ ਪੀਸ ਡਰੈਸ ਹੈ ਇਹਦੇ ਨਾਲ ਜਿਹੜੀ ਤੁਹਾਨੂੰ 슬ੀਵਜ਼ ਮਿਲਦੇ ਨੇ ਚੂੜੀਦਾਰ 슬ੀਵਜ਼ ਆਣਗੇ ਸਾਰਾ ਜਿਹੜਾ ਪ੍ਰਿੰਟ ਕੀਤਾ ਹੋਇਆ ਉਹ ਵੀ ਸਾਰਾ ਆਏਗਾ ਸਿਗਨੇਚਰ ਸਟਾਈਲ ਪ੍ਰਿੰਟ ਯਾਨੀ ਕਿ ਤੁਸੀਂ ਇੱਕ ਵਾਰੀ ক্লোਜ਼ ਤੋਂ ਦੇਖ ਲਓ ਕਾਫੀ ਅੱਛਾ ਕੁਆਲਿਟੀ ਹੈ ਇਸ ਪੀਸ ਦੀ ਜਾਰਜਟ ਦਾ ਇਹਦਾ ਬੇਸ ਹੈਗਾ ਜੀ ਸ਼ੋਲਡਰਸ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਚੂੜੀਦਾਰ ਲੌਂਗ 슬ੀਵਜ਼ ਆਣਗੀਆਂ ਇਹ ਜਿਹੜੀ 슬ੀਵਜ਼ ਨੇ ਜੀ ਥੋੜਾ ਡਿਫਰੈਂਟ ਲੁੱਕ ਐਡ ਕਰਦੀਆਂ ਆਪਣੇ ਆਊਟਫਿਟ ਵਿੱਚ ਇਸ ਤੋਂ ਬਾਅਦ ਸੈਂਟਰ ਜੇ ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚ ਤੁਹਾਨੂੰ ਦਿੱਤਾ 벨ਟ ਦਿੱਤੀ ਗਈ ਜਿਹਦੇ ਉੱਤੇ ਸਾਰਾ ਹੈਂਡਵਰਕ ਆਏਗਾ ਤਿੱਲਾ ਆਰੀ ਔਰ ਪਰਲ ਦਾ ਸਾਰਾ ਹੈਂਡਵਰਕ ਦਿੱਤਾ ਗਿਆ ਹੈ ਕਾਫੀ ਅੱਛੀ 벨ਟ ਇੱਕ ਐਕਸੈਸਰੀ ਐਡ ਕਰਦੀ ਹੈ ਜੀ ਦੂਸਰਾ ਲੁੱਕ ਬੜੀ ਅੱਛੀ ਆ ਜਾਂਦੀ ਹੈ ਪੀਸ ਦੀ ਉਸ ਤੋਂ ਬਾਅਦ ਆਇਆ ਜਿਹੜਾ ਡ੍ਰੇਪ ਹੈਗੀ ਹੈ ਫਰੰਟ ਐਂਡ ਬੈਕ ਦੋਨੋਂ ਤੇ ਅਟੈਚ ਹੈਗੀ ਹੈ ਆਪਾਂ ਇਹਨੂੰ 벨ਟ ਦੇ ਵਿੱਚ ਇਸ ਤਰ੍ਹਾਂ ਡ੍ਰੇਪ ਕਰਕੇ ਪ੍ਰੋਪਰ ਇੱਕ ਡਰੈੱਸ ਦੀ ਲੁੱਕ ਬਣਾ ਸਕਦੇ ਹਾਂ ਜੀ ਇੱਕ ਵਾਰੀ ਮੈਂ ਦੂਰ ਤੋਂ ਫਿਰ ਫਿਰ ਤੋਂ ਲੋਕ ਦਿਖਾ ਰਹੇ ਆ ਜੀ ਮਜੈਂਟਾ ਪਿੰਕ ਕਰਦੀ ਡਰੈਸ ਆਏਗੀ ਫਰੰਟ ਔਰ ਬੈਕ ਸੇਮ ਹੈ ਬੈਕ ਦੇ ਵਿੱਚ ਲਾਈਟ ਵੇਟ ਜਿਹਾ ਤੁਹਾਨੂੰ ਕੀ ਹੋਲ ਦਿੱਤਾ ਹੋਇਆ ਨਾਲ ਇਸ ਤਰ੍ਹਾਂ ਬਟਨ ਦਿੱਤਾ ਹੋਇਆ ਥੋੜਾ ਜਿਹਾ ਡਿਫਰੈਂਟ ਲੁੱਕ ਬਣਾ ਲੀਏ ਬਾਕੀ ਅਗਰ ਕੁਝ ਕਸਟਮਰ ਚਾਹਣਗੇ ਕਿ ਥੋੜਾ ਥੋੜਾ ਨੈਕ ਉੱਪਰ ਡੀਪ ਕਰਨਾ ਹੈ ਓਬਵੀਅਸਲੀ ਤੁਹਾਨੂੰ ਕਰਵਾ ਕੇ ਦੇਖ ਸਕਦੇ ਆ ਇਸ ਤਰ੍ਹਾਂ ਤੁਸੀਂ ਦੇਖ ਲਓ ਇਹ ਵਲੀ ਚੀਜ਼ ਆਪਾਂ ਡੀਪ ਕਰਕੇ ਵੀ ਤੁਹਾਨੂੰ ਦੇ ਸਕਦੇ ਆ ਆਪਣੇ ਕੰਫਰਟੇਬਲ ਦੇ ਸਾਬ ਨਾਲ ਤੁਸੀਂ ਕਰਵਾ ਸਕਦੇ ਹੋ सो so, ये लुक आएगी जी पूरे आउटफिट की बैक पर भी ड्रेप देख लिया बैक पर भी ड्रेप आएगा जॉर्ज की ड्रेस है जी मेजिंटा पिंक कलर का आइटम नंबर साइड अज्ञ आएगी रेंज थी आएगी एटी वन एट्टी एट वन एट जीरो प्राइस रहेगा जी आइटम नंबर साइड अज की फस्ट हैगी है सइजिज़ आर अवेलेबल अपू फोटी ईवन फोटी टू साइज भी सावेलेबल है फोर्टी टू इज़ कंसिडर्ड एज एक्सएल सो मीडियम समॉल एल एक्सएल सारे ये अवेलेबल है अपना ऑर्डर प्लेस कर सकते है 8180 ਦਾ ਪ੍ਰਾਈਸ ਹੈਗਾ ਜੀ ਜੌਰਜਟ ਦਾ ਫੈਬਰਿਕ ਹੈਗਾ 1 ਪੀਸ ਡਰੈਸ ਵਿਦ ਬੈਲਟ ਆਏਗੀ ਨੈਕਸਟ ਚਲੋ ਜੀ ਇੱਕ ਵਾਰ ਸਾਰੇ ਜਿਹੜੇ ਕਸਟਮਰਸ ਜੁੜ ਰਹੇ ਨੇ ਸਾਡੇ ਵੀਡੀਓ ਦੇ ਵਿੱਚ ਸਭ ਨੂੰ ਬਹੁਤ ਪਿਆਰ ਭਰੀ ਸਸ਼ਕਾਲ ਜੀ ਹਰਮਿੰਦਰ ਜੀ ਥੈਂਕ ਯੂ ਸੋ ਮਚ ਤੁਹਾਡੇ ਕਮੈਂਟ ਲਈ ਸਰਬਜੀਤ मैम ਥੈਂਕ ਯੂ ਸੋ ਮਚ ਜੀ ਅਮਨ ਜੀ ਸਸ਼ਕਾਲ ਬਾਕੀ ਸਾਰੇ ਵੀ ਜਿਹੜੇ ਸਾਡੀ ਵੀਡੀਓ ਦੇਖ ਰਹੇ ਨੇ ਜੀ ਜਰੂਰ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਫੈਬਰਿਕ ਔਰ ਸਾਡੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਵਿਕਾਸ ਥੋੜਾ ਸੈਂਟਰ ਚ ਆ ਜਾ ਦਿਨ ਨੈਕਸਟ ਉਹਨੂੰ ਅਸੀਂ ਦਿਖਾ ਰਹੇ ਹਾਂ ਜੀ ਸੁੱਕੀ ਮਹਿੰਦੀ ਕਲਰ ਦੇ ਵਿੱਚ ਆਈ ਥਿੰਕ ਸੋ ਅ ਜਿਹੜੇ ਤੁਸੀਂ ਆਰਟੀਕਲਸ ਦੇਖੋਗੇ ਸਾਰਿਆਂ ਦੇ ਕਲਰਸ ਬਿਲਕੁਲ ਡਿਫਰੈਂਟ ਡਿਫਰੈਂਟ ਅਗੇ ਨੇ ਐਂਡ ਵੀ ਆਰ ਟ੍ਰਾਈਂਗ ਕਿ ਇਸ ਆਰਡਰ ਕੋ ਲੈਵਲੀ ਚੀਜ਼ਾਂ ਨਾ ਹੋਣ ਇਹ ਵਾਲੇ ਕਲਰਸ ਨਾ ਹੋਣ ਸੋ ਥੈਟ ਕਿ ਤੁਹਾਨੂੰ ਤੁਹਾਡੇ ਵਾਰਡਰ ਬਜਗਰ ਤੁਸੀਂ ਬਾਏ ਵੀ ਕਰਦੇ ਹੋ ਤਾਂ ਨਵਾਂ ਕਲਰ ਐਡ ਹੋਵੇ ਸੋ ਸੁੱਕੀ ਮਹਿੰਦੀ ਕਲਰ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀ ਬਹੁਤ ਸੋਹਣਾ ਪੀਸ ਬਣਾ ਹੋਇਆ ਹੈ ਵੀ ਵਨ ਪੀਸ ਡਰੈਸ ਹੈ ਫੈਬਰਿਕ ਇਹਦੇ ਵਿੱਚ ਆਏਗਾ ਜੀ ਜੌਰਜਟ ਦਾ ਸੈਂਟਰ ਵਿੱਚ ਤੁਹਾਨੂੰ ਇਸ ਤਰ੍ਹਾਂ ਬਟਨਸ ਮਿਲਦੇ ਨੇ ਬਹੁਤ ਪ ਲਾਈਟ weight ਜੀ embroidery आएगी ਸਾਰਾ ਰੇਸ਼ਮ ਦਾ ਕੰਮ ਹੈ ਜੀ ਸੇਮ ਉਹਦੇ ਤੇ ਟੋਨ ਟੂ ਟੋਨ embroidery आएगी ਫੁੱਲ 슬ੀਵਜ਼ ਆਣਗੇ ਨਾਲ ਇਸ ਤਰ੍ਹਾਂ ਬਟਨਸ ਲੱਗੇ ਹੋਣ ਨੇ 슬ੀਵਜ਼ ਦੇ ਅੱਗੇ ਪੋਰਟੀ ਬਟਨਸ ਆਣਗੇ ਸਾਰੇ ਤੁਸੀਂ ਦੇਖ ਸਕਦੇ ਹੋ ਕਲੀਆਂ ਦਾ ਇਫੈਕਟ ਬਹੁਤ ਅੱਛਾ ਆਇਆ ਹੈ ਇਹਦੇ ਵਿੱਚ ਰੇਸ਼ਮ ਦਾ ਹੀ ਕੰਮ ਹੈ ਜੀ ਬਹੁਤ ਸੋਬਰ ਔਰ ਬਹੁਤ ਐਲੀਗੈਂਟ ਲੁੱਕ ਦਿੰਦਾ ਹੈ ਪੀਸ ਦੇ ਵਿੱਚ ਸੋ ਔਰ ਸਪੈਸ਼ਲੀ ਕਲਰ ਬਹੁਤ ਸਮਾਰਟ ਹੈ ਕਲਰ ਬਿਲਕੁਲ ਐਲੀਗੈਂਟ ਜਾਏਗਾ ਸੁੱਕੀ ਮਹਿੰਦੀ ਕਲਰ ਕਹਿ ਸਕਦੇ ਇਹਨੂੰ ਬਰਾਉਨਿਸ਼ ਕਾਫੀ ਕਲਰ ਵੀ ਤੁਸੀਂ ਕਹਿ ਸਕਦੇ ਹੋ ਕਿਉਂ सो so, बिल्कुल डिफरेंट जहा है देखो जी एक् कलर आएगा जॉर्ज की ड्रेस है फ्रंट और बैक सेम बनया हुआ है बैक थोड़ा डीप रहेगा एच बैक उ डोरी दी गई है और सइडते आएगी जिप अपनी कंफर्ट के वास्ते इस तरह तो बैक तैसल्स आने जाएंगे ना डोरी दी गई है फुल स्लीवस की ड्रैस है जी जॉर्ज के नो जो कस्टमर साढ़े जिमें गोल्डन और सिल्वर एम्ब्रॉयडरीज तो बोर हो चुके हैं उन्होंने स्पेसल आर्टल है बिकॉज सारी जी एम्ब्रॉयडरी देख रहे हो सैल्फ आएगी ਔਰ ਕਲਰ ਕੰਬੀਨੇਸ਼ਨ ਇਟਸੈਲਫ ਇਜ਼ ਵੈਰੀ ਨਾਈਸ ਇਹ ਲੁੱਕ ਆਏਗੀ ਜੀ ਡਰੈਸ ਦੇ ਫਰੰਟ ਦੀ ਇਹਦੇ ਨਾਲ ਜਿਹੜਾ ਤੁਹਾਨੂੰ ਦੁਪੱਟਾ ਅਸੀਂ ਦੇਣ ਲੱਗੇ ਆ ਜੀ ਜੌਰਜਟ ਦਾ ਹੀ ਦੁਪੱਟਾ ਆਏਗਾ ਸੇਮ ਫੈਬਰਿਕ ਦਾ ਸੇਮ ਗਰ ਦਾ ਦੁਪੱਟਾ ਆਏਗਾ ਦੁਪੱਟੇ ਦੇ ਚਾਰੋਂ ਸਾਈਡਸ ਤੇ ਡਬਲ ਬਾਰਡਰ ਦਿੱਤੇ ਗਏ ਨੇ ਔਰ ਸੈਂਟਰ ਵਿੱਚ ਬੂਟੀਆਂ ਆਣ ਗਿਆ ਜੀ ਦੁਪੱਟੇ ਦੇ ਟੈਸਲਸ ਵਗੈਰਾ ਵੀ ਪ੍ਰੋਪਰ ਮਿਲਦੇ ਨੇ ਪੂਰੇ ਪੱਲੇ ਦੇ ਉੱਤੇ ਹੈਵੀ ਟੈਸਲਸ ਲੱਗੇ ਹੋਏ ਨੇ ਹੁਣ ਤੁਹਾਨੂੰ ਛੋਟੇ-ਛੋਟੇ ਚੀਜ਼ਾਂ ਅਸੀਂ ਪੂਰੀ ਪ੍ਰੋਪਰ ਦਿਖਾਣੇ ਆ ਸੋ ਥੈਟ ਕਿ ਤੁਹਾਨੂੰ ਆਈਡੀਆ ਹੋ ਜਾਏ ਤੁਸੀਂ ਕੀ ਚੀਜ਼ ਐਂਡ ਵਨ ਆਫ ਦਾ ਮੋਸਟ ਥਿੰਗ ਜਿਹੜੀ ਅਸੀਂ ਫੋਕਸ ਕਰਦੇ ਹਾਂ ਫਿਨਿਸ਼ਿੰਗਸ ਦੇ ਉੱਤੇ ਕਿ ਤੁਹਾਨੂੰ ਜਿਹੜੀ ਵੀ ਚੀਜ਼ ਦਈ ਉਹਦੀ ਫਿਨਿਸ਼ਿੰਗ ਬਹੁਤ ਐਕਸਲੈਂਟ ਹੋਣੀ ਚਾਹੀਦੀ ਹੈ ਸੋ ਆਈ ਥਿੰਕ ਸੋ ਐਵਲੀ ਚੀਜ਼ ਜਿਹੜੀ ਹੈ ਜੀ ਮਿਸ ਕਰਨ ਵਾਲੀ ਬਿਲਕੁਲ ਵੀ ਨਹੀਂ ਹੈ ਬਿਕੋਜ਼ ਬਹੁਤ ਹੀ ਅੱਛਾ ਕਲਰ ਹੈ ਔਰ ਬਹੁਤ ਹੀ ਅੱਛਾ ਡਿਜ਼ਾਈਨ ਹੈ ਇਹਦਾ ਆਈਟਮ ਨੰਬਰ ਸਾਡੀ ਅੱਜ ਦੀ ਸੈਕੰਡ ਆਏਗੀ ਰੇਂਜ ਇਹਦੀ ਹੈਗੀ ਹੈ 19580 19580 ਦਾ ਪ੍ਰਾਈਸ ਹੈਗਾ ਜੀ ਆਈਟਮ ਨੰਬਰ ਸਾਡੀ ਅੱਜ ਦੀ ਸੈਕੰਡ ਹੈਗੀ ਹੈ ਸਾਈਜ਼ਸ ਆਰ ਅਵੇਲੇਬਲ ਅਪ ਟੂ 42 ਸੋ ਇਹਦੇ ਵੀ ਜਿਹੜੇ ਸਾਈਜ਼ਸ ਨੇ স্মਲ ਤੋਂ ਲੈ ਕੇ ਐਕਸਟਰਾ ਲਾਰਜ ਤੱਕ ਅਵੇਲੇਬਲ ਨੇ ਨੈਕਸਟ ਆਨ ਹੁਣ ਮੈਂ ਦਿਖਾਉਣ ਜਾ ਰਹੇ ਹਾਂ ਜੀ 3 ਪੀਸ ਸੈੱਟ ਆਏਗਾ ਬਹੁਤ ਸੁੰਦਰ ਇੰਡੋ-ਵੈਸਟਰਨ ਡਰੈਸ ਹੈਗੀ ਹੈ ਐਸ ਵੀ ਪ੍ਰੋਮਿਸਡ ਟੂ अर्ਲियर ਕਿ ਤੁਹਾਨੂੰ ਸਾਰੇ ਡਿਫਰੈਂਟ ਡਿਫਰੈਂਟ ਆਰਟੀਕਲ ਰਾਜਾਪਾ ਦਿਖਾਵਾਂਗੇ 3 ਪੀਸ ਸੈੱਟ ਹੈਗਾ ਜੀ ਇਹ ਵਾਲਾ ਇਹਦੇ ਵਿੱਚ ਤੁਹਾਨੂੰ ਬਲouses ਮਿਲੇਗਾ نیچے ਸਕਰਟ ਹੈਗੀ ਹੈ ਪਿਓਰ ਚਨਾਉਂਦੀ ਔਰ ਨਾਲ ਚਨਾਉਂਦੀ ਹੀ ਇਸ ਤਰ੍ਹਾਂ ਲੌਂਗ ਫਲੋਰ ਲੈਂਥ ਸ਼ਰਗ ਆਏਗੀ ਥਿਸ ਇਜ਼ ਲੁਕਿੰਗ ਵੈਰੀ ਪ੍ਰੀਟੀ ਬਾਕੀ ਵੀ ਜਿਹੜੇ ਸਾਡੇ ਕਸਟਮਰਸ ਦੇਖ ਰਹੇ ਨੇ ਜ਼ਰੂਰ ਦ वेयर एज बहुत ही स्टनिंग पीस आएगा ये वाला ब्लाउज आप देख सकते हैं ब्लाउज़ बहुत स्मार्ट आएगा नेवी ब्लू कलर कौन है बेस कलर उत्तर सारा प्रिंटिंग और हाईलाइट किया ब्लाउज़ पूरा हैवी आएगा जी नीचे आप देख सकते हैं जी सारी स्कर्ट मिलेगी चनौन की स्कर्ट हैगी प्योर फैब्रिक स्कर्ट आएगी सो फ्लेरी जी ड्रैस है बहुत लाइट वेट जहा कॉन्सैप्ट है और नाल श्रग है जी श्रग हैगी जी इस तरह पूरी हैवी हैंडवर्क के आएगी ਸ਼ਰੱਗ ਵਿੱਚ ਪੂਰੀ ਕਲੀਆਂ ਦਿੱਤੀਆਂ ਨੇ ਔਰ ਬਹੁਤ ਸੋਹਣੀ ਸੱਤੇ ਬੋਲ ਟਾਈਪ ਪ੍ਰਿੰਟਿੰਗ ਆਈ ਹੈ ਇਹਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਔਰ ਪ੍ਰਿੰਟ ਦੇ ਨਾਲ-ਨਾਲ ਤੁਹਾਨੂੰ ਪੂਰਾ ਹੈਵੀ ਹੈਂਡਵਰਕ ਮਿਲ ਰਿਹਾ ਸਟੋਨਸ ਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਸੋ ਕਈ ਕਸਟਮਰਸ ਦੀ ਪ੍ਰਿੰਟ ਦੇਖ ਕੇ ਵਰੀ ਹੁੰਦੀ ਹੈ ਕਿ ਸਿਰਫ ਖਾਲੀ ਪ੍ਰਿੰਟ ਨਾ ਹੋਵੇ ਪੂਰਾ ਹੈਵੀ ਲੋਡਡ ਪੀਸ ਹੈ ਜੀ ਵਿਦ ਸਟੋਨ ਵਰਕ ਸੋ ਇਟ ਇਜ਼ ਅ ਵੈਰੀ ਨਾਈਸ ਆਊਟਫਿਟ ਇਸਰਾ ਦਾ ਬੈਕ ਆਏਗਾ ਫਲੋਰ ਲੈਂਥ ਸ਼ਰੱਗ ਹੈਗੀ ਹੈ ਆਈ ਥਿੰਕ ਸੋ ਕੋਈ ਵੀ ਏਜ ਗਰੁੱਪ ਇਹਨੂੰ ਕੈਰੀ ਕਰਕੇ ਅਬ ਕੈਰੀ ਕਰ ਸਕਦੇ ਨੇ ਆਪਣੇ ਫੰਕਸ਼ਨਸ ਤੇ ਫਰੰਟ ਦਿਖਾਉ ਰਹਾ ਜੀ सो थ्री पीस सैट है गया जी ऑल ओवर चेनौन का कॉन्सैप्ट शरग आएगी प्लाजो नाल लहंगा आइट नंबर साड़ी आज की थर्ड हैगी जी रेंज रेंजी आएगी ट्वेल्व थाउसेंड बारह हज़ार सिर्फ प्राइस आएगा जी आइटम नंबर आज की थर्ड हैगी है लुक तुम देख सकते है पच्ची तीस हज़ार की आउटफिट तो घट दी लुक नहीं हैगी इस पीस इट्स ओनली फॉर ट्वेल्व थाउजेंड सुरेंद्र जी सत श्रीकाल थैंक यू सो मच थोड़े कॉमेंट लिए जी ਨੈਕਸਟ ਆਰਟੀਕਲ ਤੁਹਾਨੂੰ ਹੁਣ ਦਿਖਾਉਣ ਜਾ ਰਹੀ ਸੀ ਸਕਿਨ 골ਡਨ ਕਲਰ ਦੇ ਵਿੱਚ ਆਏਗਾ ਮਸਕ ਕਲੀ ਸਟਾਈਲ ਦੇ ਵਿੱਚ ਜੀ ਨੌ ਮੈਂ ਤੁਹਾਨੂੰ ਇੱਕ ਇੱਕ ਕਰਕੇ ਦੱਸਾਂਗੇ ਸਾਰੇ ਡਿਟੇਲਸ ਇਸ ਪੀਸ ਦੇ ਬਾਰੇ ਫਸਟ ਆਫ ਆਲ ਕੋਈ ਪ੍ਰਿੰਟ ਨਹੀਂ ਹੈ ਜੀ ਸਾਰਾ ਥ्रेड ਵਰਕ ਆਏਗਾ ਸੋ ਤੋਂ ਜੋ ਬਿਊਟੀਫੁਲ ਚੀਜ਼ ਹੈ ਇਸ ਪੀਸ ਦੀ ਸਾਰਾ ਫਰੋਮ ਫਰੋਮ ਦ ਟਾਪ ਤੁਸੀਂ ਦੇਖ ਸਕਦੇ ਹੋ ਸਾਰਾ ਇਸ ਤਰ੍ਹਾਂ ਰੇਸ਼ਮ ਦਾ ਕੰਮ ਆਏਗਾ ਔਰ ਥ्रेड ਵਰਕ ਦੀ ਪੂਰੀ ਮੈਚਿੰਗ ਦੇਖੋ ਕਿਉਂਕਿ ਪ੍ਰਿੰਟ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੈਚਿੰਗ ਹੋ ਜਾਂਦੀ ਹੈ ਪਰ ਥ्रेड ਵਰਕ ਦੇ ਵਿੱਚ ਮੈਚਿੰਗ ਬਹੁਤ ਇੰਪੋਰਟੈਂਟ ਹੁੰਦੀ ਹੈ ਅਗਰ ਇੱਕ ਵੀ ਧਾਗੇ ਦਾ ਕਲਰ ਨਹੀਂ ਸਹੀ ਲੱਗਿਆ ਤਾਂ ਸਾਰੇ ਆਊਟਫਿਟ ਦਾ ਸਮਝ ਲਓ ਵੀ ਲੁੱਕ ਨਹੀਂ ਨਿਕਲਦੀ ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਨੈਕ ਬਣਿਆ ਹੋਇਆ ਹੈ ਮਸਕ ਕਲੀ ਦਾ ਮਤਲਬ ਇਹਦੀ ਜਿਹੜੀ ਕਲੀਆਂ ਨੇ ਉਹ ਟੌਪ ਤੋਂ ਸਟਾਰਟ ਹੋ ਰਹੀਆਂ ਨੇ ਸੋ देयर इज नो ਜੁਆਇੰਟ ਇਨ ਦਾ ਸੈਂਟਰ ਸਾਰੀ ਕਲੀਆਂ ਟੌਪ ਤੋਂ ਆਣਗੀਆਂ ਇਸ ਤਰ੍ਹਾਂ ਹੀ ਸਾਰਾ ਵਰਕ ਰਹੇਗਾ ਜੀ ਔਰ ਨੀਚੇ ਤੱਕ ਸੇਮ ਬਾਰਡਰਸ ਬਣੇ ਹੋਏ ਨੇ ਹੈਵੀ ਬਾਰਡਰ ਆਣਗੇ ਇਸ ਡਰੈਸ ਦੇ ਵਿੱਚ ਐਵੇਂ ਦੇਖ ਸਕਦੇ ਹੋ ਤਿੰਨ ਤੋਂ ਚਾਰ ਬਾਰਡਰ ਦਿੱਤੇ ਗਏ ਨੇ ਜਾਰਜਰ ਦੀ ਡਰੈਸ ਹੈਗੀ ਹੈ ਜੀ ਮਸਕ ਵਾਲੀ ਸਟਾਈਲ ਜਿਆਦਾ ਸਟਿਚਿੰਗ ਆਏਗਾ ਸਾਰਾ ਰੇਸ਼ਮ ਵਰਕ ਆਏਗਾ ਦੁਪੱਟੇ ਉੱਤੇ ਵੀ ਡਰੈਸ ਉੱਤੇ ਵੀ ਔਰ ਤੁਹਾਨੂੰ ਇਹਦਾ ਬੈਕ ਵੀ ਹੁਣ ਦਿਖਾਣ ਜਾ ਰਹੇ ਹਾਂ ਦੇਖ ਸਕਦੇ ਹੋ ਫਲੇਅਰ ਕਾਫੀ ਅੱਛਾ ਹੈ ਸਲੀਵਸ ਦਾ ਵੀ ਆਪਸ਼ਨ ਨਾਲ ਅਵੇਲੇਬਲ ਹੈ ਜਾਰਜਰ ਦੀ ਸਲੀਵਸ ਤੁਹਾਨੂੰ ਨਾਲ ਮਿਲ ਜਾਣਗੀਆਂ ਅਗਰ ਆਪਾਂ ਸਲੀਵਸ ਲਗਵਾਉਣਾ ਚਾਹੁੰਦੇ ਆ ਔਰ ਆਦਰਵਾਇਜ਼ ਕੁਝ ਕਸਟਮਰ ਚਾਹੁੰਦੇ ਨੇ ਕਿ ਬੈਕ ਥੋੜਾ ਡੀਪ ਕਵਰ ਕਰਨਾ ਹੈ ਥੈਟ ਇਜ਼ ਆਲਸੋ ਪੋਸੀਬਲ ਸੋ ਬੈਕ ਤੇ ਵੀ ਦੇਖ ਸਕਦੇ ਹੋ ਜੀ ਸੇਮ ਵਰਕ ਆਏਗਾ ਸਾਰਾ ਰੇਸ਼ਮ ਦਾ ਕੰਮ ਹੈਗਾ ਹੁਣ ਤੁਹਾਨੂੰ ਇਹਦੇ ਨਾਲ ਜਿਹੜਾ ਦੁਪੱਟਾ ਆਇਆ ਉਹ ਦਿਖਾਣ ਲੱਗੇ ਆ ਸੀ жорਜਟ ਦੀ ਡਰੈੱਸ ਹੈਗੀ ਹੈ ਨਾਲ ਜੌਰਜਟ ਦਾ ਹੀ ਦੁਪੱਟਾ ਆਏਗਾ ਦੁਪੱਟੇ ਦੇ ਵਿੱਚ ਵੀ ਜਿਹੜੀ ਫੀਚਰਸ ਹੈਗੇ ਨੇ ਜਿਹੜੀ ਡਿਜ਼ਾਈਨਿੰਗ ਹੈਗੀ ਉਹ ਵੀ ਕਾਫੀ ਅੱਛੀ ਹੈ ਜ਼ਿਕਜ਼ੈਗ ਸਟਾਈਲ ਦੇ ਵਿੱਚ ਇਸ ਤਰ੍ਹਾਂ ਸਾਰੇ ਬੂਟੀਆਂ ਆਣ ਗਿਆ ਔਰ ਨਾਲ ਬਾਰਡਰ ਬਣੇ ਹੋਏ ਨੇ 4 ਸਾਈਡ ਬਾਰਡਰ ਦੇ ਪੂਰੀ ਹੈਵੀ embroiderry ਆਏਗੀ ਅਗੇਨ ਜਿਹੜੇ ਕਸਟਮਰਸ ਥੋੜਾ ਜਿਹਾ ਡਿਫਰੈਂਟ ਟੇਸਟ ਲਾਈਕ ਕਰਦੇ ਨੇ ਜ਼ਿਆਦਾ ਗੋਲਡਨ embroiderry ਨਹੀਂ ਕੈਰੀ ਕਰਨਾ ਚਾਹੁੰਦੇ ਸੋ ਦਿਸ ਇਸ ਅ ਵੈਰੀ ਕਲਾਸੀ ਪੀਸ ਫਰਮ ਬਲਬੀ ਸਟੋਰ ਜਿਹੜਾ ਤੁਸੀਂ ਬਾਏ ਕਰ ਸਕਦੇ ਹੋ ਆਪਣੇ ਉਸਤੇ ਆਈਟਮ ਨੰਬਰ ਸਾਡੀ ਅੱਜ ਦੀ ਇਹ ਵਾਲੀ 4 ਹੈਗੀ ਹੈ ਜੀ ਰੇਂਜ ਦੀ ਆਏਗੀ 24200 24200 ਇਹਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਸਾਡੀ ਅੱਜ ਦੀ 4 ਹੈਗੀ ਹੈ ਸਾਈਜ਼ਸ ਆਰ ਅਵੇਲੇਬਲ ਅਪ ਟੂ 42 ਨੈਕਸਟ on ਫਰੌਗ ਸੂਟ ਦਿਖਾ ਰਹੇ ਹਾਂ ਜੀ ਫॉर द ਯੰਗ ਟੀਨੇਜਰਸ ਜਾਂ ਫਿਰ ਕਹਿ ਲੋ ਵੀ ਥੋੜਾ ਗਰਲਿਸ਼ ਆਰਟیکل ਹੈ ਬੇਸਿਕਲੀ ਬਹੁਤ ਸੁੰਦਰ ਆਰਟیکل ਆ ਗਿਆ ਜੀ ਇਹ ਵੀ ਡਾਰਕ ਪੀਕਾਕ ਕਲਰ ਦੇ ਵਿੱਚ ਅਵੇਲੇਬਲ ਹੈ ਆਪਣੇ ਕੋਲ ਫੁੱਲ 슬ੀਵਜ਼ ਦਾ ਨਾਲ ਆਪਸ਼ਨ ਹੈਗਾ ਜੀ ਯੋਗ ਦੇ ਉੱਤੇ ਜਿਹੜੀ ਐਮਬਰਾਇਡਰੀ ਦਿੱਤੀ ਗਈ ਹੈ ਇਸ ਤਰ੍ਹਾਂ ਪਹਿਲਾਂ नैकते बटन आन जी पोटली उस तो बाद योग से एम्ब्रॉयडरी सारी थ्रेड वर्क की आएगी बहुत ज़्यादा वाइब्रेंट नहीं कलर्स है वे सटल जो शेड्स आवगे सारे योग के उत्ते फुल स्लीवस के उत्त एम्ब्रॉयडरी आएगी स्लीवस वर्क देख स लुक बहुत समार्ट है स्लीवस ते भी बटन के है। है। भी बटनज़ दिते गए हैं फिनिशिंगली उससे और यह जरा सारा फ्रॉक सूट है जी ये सारी जी कलिया नहीं दिती गई सारियाँ यह प्लीट्स आएगा सो एडकी फ्लेयर पूरा निकलिया ड्रेस का ਔਰ ਸਾਰਾ ਦੇਖ ਸਕਦੇ ਹੋ ਚਨੌਨ ਫੈਬਰਿਕ ਦੇ ਉੱਤੇ ਪੂਰੀ ਹੈਂਡ ਐਮਬਰਾਇਡਰੀ ਹੈ ਕਿ ਰੇਸ਼ਮ ਦੇ ਵਿੱਚ ਅਲੱਗ-ਅਲੱਗ ਕਲਰਸ ਦੀ ਬੂਟੀਆਂ ਬਣੀ ਹੋਈਆਂ ਅਗੇਨ ਜਿਹੜੇ ਯੰਗਸਟਰਸ ਅੱਜਕੱਲ ਚੀਜ਼ਾਂ ਲੱਭ ਰਹੇ ਨੇ ਜ਼ਿਆਦਾ ਹੈਵੀ ਨਹੀਂ ਚਾਹੀਦੀਆਂ ਉਹਨਾਂ ਨੂੰ ਬਿਲਕੁਲ ਲਾਈਟਵੇਟ ਔਰ ਐਲੀਗੈਂਟ ਕਨਸੈਪਟ ਚਾਹੀਦੀ ਹੈ ਉਹਦੇ ਅਕੋਰਡਿੰਗ ਹੀ ਆਪਾਂ ਇਹ ਵਾਲਾ ਪੀਸ ਰੈਡੀ ਕਰਵਾਇਆ ਜੀ ਬੈਕ ਵੀ ਥੋੜੀ ਡੀਪ ਬਣੀ ਹੋਈ ਹੈ ਨਾਲ ਜ਼ਿਪਰ ਦਿੱਤਾ ਗਿਆ ਬੈਕ ਤੇ ਆਪਣੀ ਕਨਵੀਨੀਅੰਸ ਵਾਸਤੇ ਇਸ ਤਰ੍ਹਾਂ ਲੁੱਕ ਆਏਗੀ ਸਾਰੇ ਪੀਸ ਦੀ ਚਨੌਨ ਫੈਬਰਿਕ ਦਾ ਪੀਸ ਆਏਗਾ ਜੀ ਨਾਲ ਤੁਹਾਨੂੰ ਦੁਪੱਟਾ ਇਸ ਕਾਲਡ ਗੱਜੀ ਦੁਪੱਟਾ ਜੋ ਤੁਹਾਨੂੰ ਅਸੀਂ ਦਿਖਾਣ ਜਾ ਰਹੇ ਹਾਂ ਦਿਸ ਇਜ਼ ਅ ਸਮਝ ਲਓ ਵੀ ਸੋਵਨੀਅਰ ਹੈ ਆਪਣਾ ਇੰਡੀਆ ਦਾ ਬਹੁਤ ਫੇਮਸ ਮਹਾਰਾਸ਼ਟਰਾ ਦੀ ਪ੍ਰਿੰਟਿੰਗ ਹੁੰਦੀ ਹੈ ਐਵਲੀ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੀ ਲੁੱਕ ਬਹੁਤ ਸਮਾਰਟ ਹੈ ਵੈਰੀ ਨਾਈਸ ਲੁਕਿੰਗ ਪ੍ਰਿੰਟ ਔਰ ਕਲਰ ਕੰਬੀਨੇਸ਼ਨਸ ਵੀ ਬੜੇ ਅੱਛੇ ਹੈਗੇ ਨੇ ਇਸ ਨਾਲ ਵੋਵਨ ਬਾਰਡਰ ਆਏਗਾ ਇਹਦੇ ਵਿੱਚ ਪਿਓਰ ਸ਼ਿਮੋਈ ਫੈਬਰਿਕ ਦਾ ਦੁਪੱਟਾ ਆਏਗਾ ਜੀ ਇਹ ਵਾਲਾ ਇਸ ਤਰ੍ਹਾਂ ਲੁੱਕ ਆਏਗੀ ਸਾਰੇ ਪੀਸ ਦੀ ਆਈਟਮ ਨੰਬਰ ਸਾਡੀ ਹੈਗੀ ਹੈ ਜੀ 5 ਔਰ ਇਹਦੀ ਰੇਂਜ ਆਏਗੀ 15840 15840 ਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਸਾਡੀ ਆਜ ਦੀ 5 ਹੈਗੀ ਹੈ ਸਾਈਜ਼ ਆਰ ਅਵੇਲੇਬਲ ਫ্রম স্মॉल ਟੂ 올 ਦਾ ਵੇ ਐਕਸਲ ਨੈਕਸਟ ਔਨ ਨੂੰ ਮੈਂ ਦਿਖਾ ਰਹੇ ਹਾਂ ਜੀ ਡਰੈਸ ਆਏਗੀ ਫਲੋਰ ਲੈਂਥ ਇਹ ਵੀ ਚੀਜ਼ ਬਹੁਤ ਪਿਆਰੀ ਹੈਗੀ ਹੈ ਲਵੈਂਡਰ ਕਲਰ ਦੇ ਵਿੱਚ ਅਵੇਲੇਬਲ ਹੈ ਸਾਡੇ ਕੋਲ ਐਨ ਇਹਦੇ ਤੇ ਜਿਹੜਾ ਵਰਕ ਹੈਗਾ ਸਾਰਾ ਇਸ ਤਰ੍ਹਾਂ ਸ਼ੀਟਿੰਗ ਵਰਕ ਦੇ ਵਿੱਚ ਡਰੈਸ ਆਏਗੀ ਸ਼ੀਟਿੰਗ ਵਿਦ ਸੀਕਵੈਂਸ ਵਰਕ ਬਹੁਤ ਸੁੰਦਰ ਪੀਸ ਆਇਆ ਹੈ ਜੀ ਮੈਂ ਕਹਿੰਦਾ ਨੋ ਮੇਰੀ ਡਿਟੇਲਿੰਗ ਦਿਖਾ ਦੇਣਾ ਸਾਰੇ ਤੁਸੀਂ ਹਾਈਲਾਈਟ ਦੇਖ ਸਕਦੇ ਹੋ ਕਿਉਂ ਪੀਸ ਦੇ ਵਿੱਚ embroidery ਬਹੁਤ ਸੁੰਦਰ ਕੀਤੀ ਹੋਈ ਹੈ ਫੁੱਲ 슬ੀਵਸ ਤੇ embroidery ਆਏਗੀ ਜੋ ਇਹਦਾ ਬੇਸ ਫੈਬਰਿਕ ਹੈਗਾ ਜੀ ਉਹ ਜਾਰਜਟ ਹੈਗਾ ਜਾਰਜਟ ਦੇ ਵਿੱਚ ਕਾਫੀ ਅੱਛੀ ਲੁੱਕ ਆ ਰਹੀ ਹੈ ਔਰ ਦੂਸਰਾ ਆਪਾਂ ਜਿਹੜਾ ਵੀ ਵਰਕ ਦੇਖ ਰਹੇ ਹਾਂ ਉਹ ਸਾਰਾ ਜੈਲ ਕਰ ਰਿਹਾ ਹੈਗਾ ਬੇਸ ਕਲਰ ਨਾਲ ਇਦਾਂ ਨਹੀਂ ਹੈ ਕਿ ਬਹੁਤ ਜ਼ਿਆਦਾ ਚੋਪ ਰਿਹਾ ਅੱਖਾਂ ਨੂੰ ਬਹੁਤ ਸੱਡਲ ਜੀ ਲੁੱਕ ਦੇ ਰਿਹਾ ਇਸ ਡਰੈਸ ਦੇ ਵਿੱਚ ਇਸ ਤਰ੍ਹਾਂ ਸਾਰੀ ਡਰੈਸ ਵਿੱਚ ਕਲੀਆਂ ਆਣਗੀਆਂ ਕਲੀਆਂ ਦੀ ਲੁੱਕ ਵੀ ਬਹੁਤ ਸਮਾਰਟ ਹੈ ਟੌਪ ਤੋਂ ਇਸ ਤਰ੍ਹਾਂ ਕ੍ਰਿਸਕ੍ਰੋਸ ਪੈਟਰਨ ਹੈ نیچے ਆ ਕੇ ਜ਼ਿ ਸੋ डिफरेंट डिफरेंट ਸਟਾਈਲ ਦੇ ਵਿੱਚ ਮੋਟਿਵਸ ਬਣੇ ਹੋਏ ਨੇ ਡਰੈਸ ਦੇ ਵਿੱਚ ਇਹਦਾ ਵੀ ਤੁਸੀਂ ਬੈਕ ਦੇਖ ਸਕਦੇ ਹੋ ਫਰੰਟ ਵੀ ਵੀ-ਨੈਕ ਬਣਿਆ ਹੋਇਆ ਹੈ ਔਰ ਬੈਕ ਵੀ ਵੀ-ਨੈਕ ਆਏਗਾ ਬੈਕ ਦੇ ਉੱਪਰੋਂ ਡੋਰੀ ਦਿੱਤੀ ਗਈ ਹੈ ਆਪਣੀ ਕੰਵੀਨੀਅੰਸ ਦੇ ਵਾਸਤੇ ਬੈਕ ਵੀ ਸਾਰੀ ਸੇਮ ਐਮਬਰਾਇਡਰੀ ਦਿੱਤੀ ਗਈ ਹੈ ਸੋ ਮੇਨ ਪਾਰਟ ਇਹ ਹੈ ਜੀ ਕਿ ਫਰੰਟ ਔਰ ਬੈਕ ਪੂਰਾ ਹੈਵੀ ਆਏਗਾ ਲੁੱਕ ਇਸ ਡਰੈਸ ਦੀ ਪੂਰੀ ਹੈਵੀ ਬਣੀ ਹੋਈ ਹੈ ਇਹਦੇ ਨਾਲ ਜਿਹੜਾ ਦੁਪੱਟਾ ਮਿਲੇਗਾ ਜੀ ਤੁਹਾਨੂੰ ਚਨਾਉਣ ਦਾ ਦੁਪੱਟਾ ਮਿਲੇਗਾ ਜੌਰਜਟ ਚਨਾਉਣ ਦਾ ਦੁਪੱਟਾ ਆਏਗਾ ਦੁਪੱਟੇ ਦੇ ਵਿੱਚ ਵੀ ਫੋਰ ਸਾਈਡ ਬਾਰਡਰ ਤੇ ਵਰਕ ਦਿੱਤਾ ਗਿਆ ਹੈ ਆਪਾਂ ਨੂੰ प्रोपर हैवी आएगा है और सेंटर सारे इस तरह बूटिया बनी हुई है ने यह आएगी जी पूरी ड्रेस द लैवेंडर कलर द आएगी ड्रेस जी जॉर्जट दगी है बहुत सटल जी शाइन शाइनैस पीस से परफेक्ट फॉर योर पंजाबी वैडिंग या फिर आप किसी वैडिंग फंक्शन से पा के जानी है तो वह बहुत परफेक्ट आर्टिकल है आइटम नंबर साड़ी अच्छी सिक्सथ हैगी है जी रेंज यदि आएगी सिक्सटीन थाउजेंड वन नाइनटी 16190 ਦਾ ਪ੍ਰਾਈਸ ਰਹਿ ਗਿਆ ਜੀ ਆਈਟਮ ਨੰਬਰ ਸਾਡੀ ਅੱਜ ਦੀ 66 ਹੈ। ਨੈਕਸਟ ਉਹਨੂੰ ਪੈਪਲਮ ਸੂਟਸ ਵਿੱਚ ਦਿਖਾ ਰਹੇ ਹਾਂ ਜੀ ਦੋ ਆਰਟੀਕਲਸ ਨਵੇਂ ਆਏ ਸੀ ਪੈਪਲਮ ਦੇ ਵਿੱਚ ਕਾਫੀ ਅੱਛੇ ਆਏਗੇ ਨੇ। ਇਹ ਵੀ ਜਿਹੜਾ ਤੁਹਾਨੂੰ ਫੈਬਰਿਕ ਦਿਖਾ ਰਹੇ ਹਾਂ ਜੀ ਸਾਰਾ ਕਲਮ ਕ੍ਰਿਸਟਲ ਸਟਾਈਲ ਦੇ ਵਿੱਚ ਫੈਬਰਿਕ ਆਏਗਾ ਬਹੁਤ ਸੁੰਦਰ ਫੋਇਲਿੰਗ ਵਰਕ ਆਏਗਾ ਸਾਰੇ ਪੀਸ ਦੇ ਵਿੱਚ। ਨੈਕ ਇਹਦਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਹਾਲਟਰ ਨੈਕ ਸਟਾਈਲ ਬਣਾ ਹੋਏ ਆ ਬਟ ਇੱਕ ਵਾਰੀ ਤੁਸੀਂ ਫੈਬਰਿਕ ਦੀ ਲੁੱਕ ਦੇਖ ਸਕਦੇ ਹੋ। ਸਾਰਾ ਟੈਕਸਚਰ ਬੇਸਡ ਫੈਬਰਿਕ ਆਏਗਾ। ਨੈਕ ਉਤੇ ਐਮਬਰੋਇਡਰੀ ਸਾਰੀ ਆਕਸਾਈਡਾਈਜ਼ਡ ਐਮਬਰੋਇਡਰੀ ਆਏਗੀ ਬਲੂ ਕਲਰ ਦੇ ਵਿੱਚ ਇਟ ਇਜ਼ ਲੁਕਿੰਗ ਵੈਰੀ ਐਲੀਗੈਂਟ ਮਤਲਬ ਸਾਡੀ ਖੁਦ ਦੀ ਟਰਾਈ ਹੁੰਦੀ ਹੈ ਜੀ ਕਿਉਂਕਿ 골ਡ ਡਰੈਸਸ ਦੇ ਵਿੱਚ ਜ਼ਿਆਦਾਤਰ ਕਸਟਮਰਸ ਕੋਲ 골ਡਨ ਐਂਟੀਕ ਔਰ ਸਿਲਵਰ ਐਮਬਰੋਇਡਰੀਜ਼ ਹੁੰਦੀਆਂ ਨੇ ਸੋ ਦੈਟ ਇਜ਼ ਵਾਈ ਵੀ ਟਰਾਈ ਕਿ ਤੁਹਾਨੂੰ ਅਸੀਂ ਡਿਫਰੈਂਟ ਚੀਜ਼ ਸਪਲਾਈ ਕਰੀਏ ਆਪਣੇ ਸਟੋਰ ਤੋਂ ਬੈਲਟ ਉੱਤੇ ਵੀ ਦੇਖ ਸਕਦੇ ਹੋ ਸਾਰਾ ਹੈਂਡਵਰਕ ਆਏਗਾ ਇਸ ਤਰ੍ਹਾਂ ਔਰ ਪੈਪਲਮ ਦੇ ਵਿੱਚ ਸਾਰਾ ਇਸ ਤਰ੍ਹਾਂ ਟੈਸਲਸ ਦਿੱਤੇ ਗਏ ਨੇ ਪ੍ਰੋਪਰ ਸੋ ਦੈਟ ਇਜ਼ ਟੈਕਸਚਰ 베이스 ਦੇ ਵਿੱਚ ਫੈਬਰਿਕ ਆਏਗਾ ਜੀ ਪਿਓਰ ਸਿਲਕ ਫੈਬਰਿਕ ਹੈ ਇਹਦੇ ਨਾਲ ਜਿਹੜਾ ਪਲਾਜ਼ੋ ਬਣਿਆ ਹੋਇਆ ਹੈ ਜੀ ਪੂਰਾ ਇਸ ਤਰ੍ਹਾਂ ਫਲੇਰੀ ਪਲਾਜ਼ੋ ਆਏਗਾ ਸੇਮ ਫੈਬਰਿਕ ਦੇ ਵਿੱਚ ਹੀ ਪਲਾਜ਼ੋ ਆਏਗਾ ਬਹੁਤ ਹੀ ਅੱਛੀ ਐਂਟੀਕ ਔਰ ਵਿਂਟੇਜ ਜੀ ਲੁੱਕ ਹੈ ਇਸ ਪੀਸ ਦੀ ਇੱਕ ਵਾਰੀ ਤੁਸੀਂ ਦੂਰੋਂ ਦੇਖਦੇ ਹੋ ਤੁਹਾਨੂੰ ਇਹਦੀ ਬੈਕ ਵੀ ਹੁਣ ਦਿਖਾਣ ਜਾ ਰਿਹਾ ਬੈਕ ਦੇ ਉੱਤੇ ਤੁਹਾਨੂੰ ਕੀਹੋਲ ਮਿਲੇਗਾ ਔਰ ਨਾਲ ਜ਼ਿਪਰ ਦਿੱਤਾ ਗਿਆ ਹੈ ਬੈਕ ਤੇ ਐਜ਼ ਯੂ ਕੈਨ ਸੀ ਹੇਅਰ ਜ਼ਿਪ ਆਏਗਾ ਜੀ ਬੈਕ ਤੇ ਕੀਹੋਲ ਹੈ ਬੈਨ ਤੇ ਪੂਰੀ ਇਸ ਤਰ੍ਹਾਂ embroiderry ਆਏਗੀ ਸੋ ਹਾਲਟਰ 넥 ਸਟਾਈਲ ਦੇ ਵਿੱਚ ਇਟ ਇਜ਼ ਅ ਵੈਰੀ ਨਾਈਸ ਆਰਟੀ ਜਿਹੜੇ ਕਸਟਮਰ ਥੋੜਾ ਜਿਹਾ ਵਿਂਟੇਜ ਵਾਈਬ ਨੂੰ ਫੋਲੋ ਕਰਦੇ ਨੇ ਉਹਨਾਂ ਉਸਤੇ ਬਹੁਤ ਪਰਫੈਕਟ ਚੀਜ਼ ਹੈਗੀ ਹੈ ਇਹਦੇ ਨਾਲ ਜਿਹੜਾ ਦੁਪੱਟਾ ਆਏਗਾ ਜੀ ਉਹ ਵੀ ਆਏਗਾ ਸੌਫਟ ਨੈਟ ਦਾ ਲਾਈਟ weight ਦੁਪੱਟਾ ਹੈ ਬਿਕਾਜ਼ ਮੋਸਟਲੀ ਗਰਲਸ ਕੈਰੀਟ ਅਰਾਊਂਡ देयर neck ਤਾਂ ਤੁਸੀਂ ਲਾਈਟ weight ਆਪਣਾ neck ਤੇ ਅਰਾਊਂਡ ਕੈਰੀ ਕਰ ਸਕਦੇ ਹੋ ਦੁਪੱਟੇ ਦੇ 4 ਸਾਈਡ ਬਾਰਡਰ ਦੇ ਲਾਈਟ weight ਜੀ embroidery ਹੈ ਔਰ ਇਹ ਕੋਈ ਸੌਫਟ ਨੈਟ ਦਾ ਦੁਪੱਟਾ ਹੈਗਾ ਜੀ ਕੋਈ ਹਾਰਡ ਨੈਟ ਨਹੀਂ ਹੈਗੀ ਬਹੁਤ ਸੌਫਟ ਜੀ ਨੈਟ ਦਾ ਦੁਪੱਟਾ ਹੈ ਪੱਲੇ ਉੱਤੇ ਸਾਰੇ ਇਸ ਤਰ੍ਹਾਂ ਟੈਸਲਜ਼ ਆਣਗੇ ਸੋ ਦਿਸ ਇਜ਼ ਦਾ ਲੁੱਕ ਦੇਖ ਸਕਦੇ ਹੋ ਤੁਸੀਂ ਕਾਫੀ ਅੱਛੀ ਲੁੱਕ ਵਿੱਚ ਪੀਸ ਆਇਆ ਹੈਗਾ ਜੀ ਸਿਲਕ ਫੈਬਰਿਕ ਦਾ ਪੀਸ ਹੈਗਾ ਆਈਟਮ ਨੰਬਰ ਸਾਡੀ ਐਚਡੀ 7 ਹੈਗੀ ਹੈ ਰੇਂਜ ਇਹਦੀ ਆਏਗੀ 10680 10680 ਦਾ ਪ੍ਰਾਈਸ ਆਏਗਾ ਜੀ ਆਈਟਮ ਨੰਬਰ ਸਾਡੀ ਐਚਡੀ 7 ਹੈਗੀ ਹੈ ਸਾਈਜ਼ਸ ਆਰ ਅਵੇਲੇਬਲ ਅਪ ਟੂ 40 ਨੈਕਸਟ ਉਹਨੂੰ ਪੈਪਲਮ ਦੇ ਵਿੱਚ ਇੱਕ ਹੋਰ ਕਨਸੈਪਟ ਦਿਖਾ ਰਹੇ ਹਾਂ ਕਾਫੀ ਸਾਡੇ ਜਿਹੜੇ ਕਸਟਮਰ ਹੈ ਸਟੋਰ ਦੇ ਉੱਤੇ ਲਾਈਕ ਕਰਨ ਇਸ ਪੀਸ ਨੂੰ ਬਹੁਤ ਹੀ ਚਿਕ ਔਰ ਬਹੁਤ ਹੀ ਗਰਲਿਸ਼ ਆਰਟੀਕਲ ਆਏਗਾ ਦਿਸ ਕਮਸ ਵਿਦ ਅ ਬੈਲਟ ਐਂਡ ਅ ਚੋਕਰ ਦੁਪੱਟਾ ਤੋਂ ਨੂੰ ਮੈਂ ਕੁਝ ਡਿਟੇਲਿੰਗ ਦਿਖਾ ਦਿੰਨਾ ਜੀ ਪਹਿਲਾਂ ਵਿਕਾਸਿਪ ਕੋਈ ਜ਼ਾਫਾ ਦਿਖਾ ਦੋ ਸੋ ਦਿਸ ਇਜ਼ ਵਾਟ ਵੀ ਕਾਲ ਅਸ ਅ ਜ਼ਾਫਾ ਜੀ ਜਿਹਦੇ ਵਿੱਚ ਤੁਹਾਨੂੰ ਪਲਾਜ਼ੋ ਮਿਲਦਾ ਹੈ ਕਾਫੀ ਖੁੱਲੇ ਕੇਰੇ ਵਾਲਾ ਸੋ ਦੈਟ ਕਿ ਲੁਕਸ ਗਿਵਸ ਯੂ ਲੁੱਕ ਲਾਈਕ ਅ ਲੈਂਗਾ ਓਨਲੀ ਸੋ ਕਾਫੀ ਖੁੱਲੇ ਫਲੇਅਰ ਦੇ ਵਿੱਚ ਇਹਦਾ ਜ਼ਾਫਾ ਆਏਗਾ ਨਾਲ ਜਿਹੜਾ ਪੈਪਲਮ ਟੌਪ ਹੈ ਉਹ ਸ਼ਾਰਟ ਆਏਗਾ embroidery ਤੁਸੀਂ ਦੇਖ ਸਕਦੇ ਹੋ ਬਹੁਤ ਸਲੀਕ ਜੀ ਸਿਲਵਰ ਔਰ ਗੋਲਡਨ ਕਲਰ ਦੇ embroidery ਹੈ ਸੋਨਾ ਚਾਂਦੀ ਕੰਸੈਪਟ ਅਸੀਂ ਇਹਨੂੰ ਕਹਿੰਦੇ ਹਾਂ ਸਟ੍ਰੈਪਸ ਆਣਗੇ ਜੀ ਇਸ ਤਰ੍ਹਾਂ ਬ੍ਰਾਡ ਔਰ ਨਾਲ ਸੈਂਟਰ ਵਿੱਚ ਇਹ ਸਟ੍ਰੈਪ ਆਪਣਾ ਬੈ ਹੈਂਡ ਐਮਬਰਾਇਡਰੀ ਦੀ 벨ਟ ਹੈ ਜਿਹੜੀ ਫਰੰਟ ਤੋਂ ਫਾਸਲ ਹੋਏਗੀ ਇਸ ਤਰ੍ਹਾਂ ਸੋ ਬਹੁਤ ਹੀ ਐਲੀਗੈਂਟ ਲੁਕਿੰਗ ਕਨਸੈਪਟ ਹੈ ਪੈਪਲਮ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਗਈ ਹੈ ਟ੍ਰਾਇੰਗਲ ਲੁੱਕ ਦੇ ਵਿੱਚ ਨਾਲ ਜੌਰਜਟ ਦਾ ਨੀਚੇ ਜ਼ਾਫਾ ਆਏਗਾ ਜੀ ਜੌਰਜਟ ਦਾ ਹੀ ਸ਼ਰਟ ਹੈ ਜੌਰਜਟ ਦਾ ਹੀ ਆਏਗਾ ਬਾਟਮ ਨਾਲ ਬੈਕ ਤੁਹਾਨੂੰ ਹੁਣ ਦਿਖਾ ਰਿਹਾ ਬੈਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜ਼ਿਪਰ ਲੱਗਿਆ ਹੋਇਆ ਇਸ ਤਰ੍ਹਾਂ ਆਪਣੀ ਕੰਫਰਟ ਦੇ ਵਿੱਚ ਤੇ ਔਰ ਤੁਸੀਂ ਇਸ ਤਰ੍ਹਾਂ 벨ਟ ਨੂੰ ਬੈਕ ਤੋਂ ਹੁੱਕ ਕਰ ਸਕਦੇ ਹੋ ਕਿਉਂ ਇਸ ਤਰ੍ਹਾਂ ਸਾਰੇ ਪੀਸ ਦੀ ਲੁੱਕ ਆਏਗੀ ਜੀ ਅਗੇਨ ਥੋੜਾ ਗਰਲਿਸ਼ ਆਰਟੀਕਲ ਹੈ ਇਹਦੇ ਨਾਲ ਜਿਹੜਾ ਦੁਪੱਟਾ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਉਹ ਆਏਗਾ ਚੋਕਰ ਦੁਪੱਟਾ which is very easily carried around the neck ਇਸ ਤਰ੍ਹਾਂ neck ਦੇ ਅਰਾਊਂਡ ਆ ਜਾਏਗਾ ਔਰ ਬੈਕ ਪਾਜੀ ਦਿਖਾ ਦੋ ਕਿਸ ਤਰ੍ਹਾਂ ਆਏਗਾ ਦੁਪੱਟੇ ਨਾਲ ਇਹ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਬੈਕ ਆਏਗਾ ਫਲੈਸ਼ ਦਿੱਤੇ ਕੇ ਨੇ ਨਾਲ ਦੁਪੱਟੇ ਦੇ ਵਿੱਚ ਕੰਟਰਾਸਟ ਦੁਪੱਟਾ ਆਏਗਾ ਜੀ ਵਾਈਨ ਕਲਰ ਦਾ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਫਿਨਿਸ਼ਿੰਗ ਆਏਗੀ ਸੋ ਅਗੇਨ ਜੀ ਫੋਕਸ ਹੈ ਇਹ ਕਿ ਥੋੜਾ ਗਰਲਿਸ਼ ਆਰਟੀਕਲ दुपट्टा भी डिफरेंट दी है विद बेल्ट होंगे अजक जिम्मे गर्लिश चीज़ा मंगते हैं so, सो अज की साड़ी आइटम नंबर एट हैगी है जी रेंज रेंजी आएगी टेन थाउजेंड एंड एट हंड्रेड दस हज़ार अठ सौ प्राइस रहेगा जी आइटम आई टी नंबर एट हैगी है साइज आर अवेलेबल अप टू फोर्टी ब्यूटीफुल जी नेक्स्ट आर्टिकल बहुत ही स्पेशल है स्ट्रेट सूट्स में आपको आप दिखाने जा रहे हैं दो तीन डिजाइन नए आए थे सो so, हमारी कोशिश ये होती है कि आपको हमारी वीडियो में पूरा प्लेटर मिल जाए एक प्रॉपर थोड़े फ्रॉक सूट्स हो जाए थोड़े स्ट्रेट सूट्स थोड़े वन पीस ड्रेसेस सो दैट यू कैन चूज पांच छह ड्रेसेस वीडियो जो आराम चूज कर अपनी स्ट्रेट सूट में दिखाने जा रहा हूं आपको पहले इसका गरारे के लुक दिखा देता हूं पूरा फ्लेयर आया गरारे के अंदर जी पूरी एम्ब्रॉयडरी भी है गरारे के अंदर आप देख लो एक बार आपको कलोज अप आप भी दिखाता हूँ सिर्फ सिंगल ही कलर बनता है जिसमें आइवरी उसके ऊपर सारा तिल्ला करिए और रेशम का वर्क आएगा टू टोन वर्क हैगा जिद उत्ते ਪਿਸਤਾ اور ਪੀਚ कलर ਦਾ ਵਰਕ ਆਏਗਾ ਨਾਲ 골ਡਨ कलर ਦੀ ਆਊਟਲਾਈਨ ਦਿੱਤੀ ਗਈ ਹੈ। ਸ਼ਦਾਰੇ ਦੇ ਐਂਡ ਤੇ ਵੀ ਸਾਰਾ ਇਸ ਤਰ੍ਹਾਂ ਬਾਰਡਰ ਬਣਿਆ ਆਏਗਾ ਜੀ। ਉਸ ਬਾਅਦ ਤੁਹਾਨੂੰ ਇਹ 셔ਟ ਦਿਖਾਉਣ ਜਾ ਰਹੇ ਹਾਂ। ਅਗੇਨ ਟੂ ਟੋਨ ਐਮਬਰਾਇਡਰੀ ਵਿੱਚ 셔ਟ ਆਏਗੀ। 셔ਟ ਦੀ ਲੁੱਕ ਵੀ ਬਹੁਤ ਐਲੀਗੈਂਟ ਹੈ। ਇਸ ਤਰ੍ਹਾਂ ਫੁੱਲ ਸਲੀਵਜ਼ ਦੇ ਵਿੱਚ ਐਮਬਰਾਇਡਰੀ ਮਿਲੇਗੀ ਤੁਹਾਨੂੰ। ਦੇਖ ਸਕਦੇ ਹੋ ਪੀਚ ਐਂਡ ਪਿਸਤਾ ਕਲਰ ਚੱਲ ਰਿਹਾ ਇੱਥੇ ਵੀ। ਨੈਕ ਤੇ ਹਾਈਲਾਈਟ ਮਿਲੇਗਾ ਇਸ ਤਰ੍ਹਾਂ ਮਿਰਰ ਵਰਕ ਦਾ ਬਹੁਤ ਪਿਆਰਾ ਬਣਿਆ ਹੋਇਆ। ਨਾਲ ਸਾਰੀ ਐਮਬਰਾਇਡਰੀ ਦਿੱਤੀ ਗਈ ਹੈ। ਚਨਾਉਣ ਆਏਗਾ ਜੀ بیس ਫੈਬਰਿਕ ਇਹਦਾ ਚਨਾਉਣ ਦਾ ਫੈਬਰਿਕ ਹੈਗਾ ਔਰ ਗੜਾਰਾ ਵੀ ਨਾਲ ਸੇਮ ਚਨਾਉਣ ਦਾ ਹੈ ਇਸ ਤਰ੍ਹਾਂ ਸਾਰੇ ਡਰੈਸ ਦਾ ਫਰੰਟ ਆਏਗਾ ਜੀ ਬੈਕ ਵੀ ਸੇਮ ਬਣਾ ਹੋਇਆ ਸੋ ਫਰੰਟ ਐਂਡ ਬੈਕ ਸੇਮ ਹੈ ਬੈਕ ਤੇ ਦੋਰੀ ਦਿੱਤੀ ਗਈ ਹੈ ਔਰ ਨੈਕ ਥੋੜਾ ਜਿਹਾ ਡੀਪ ਹੈ ਅਪਰੋਕਸੀਮੇਟਲੀ 9 ਇੰਚਸ ਦਾ ਨੈਕ ਹੋਏਗਾ ਜੀ ਇਹਦੇ ਨਾਲ ਜਿਹੜਾ ਤੁਹਾਨੂੰ ਦੁਪੱਟਾ ਦੇ ਰਹੇ ਹਾਂ ਜੀ ਉਹ ਵੀ ਚਨਾਉਣ ਦੇ ਵਿੱਚ ਆਏਗਾ 4 ਸਾਈਡ ਬਾਰਡਰ ਚਨਾਉਣ ਦਾ ਦੁਪੱਟਾ ਆਏਗਾ ਇਹਦੇ ਵਿੱਚ ਦੁਪੱਟੇ ਦੇ ਵੀ ਆਪਾਂ ਲੁੱਕ ਦੇਖ ਸਕਦੇ ਹਾਂ ਦੁਪੱਟਾ ਵੀ ਬਹੁਤ ਸਮਾਰਟ ਬਣਾ ਹੈ 4 ਸਾਈਡ ਬਾਰਡਰ ਆਏਗਾ ਦੁਪੱਟੇ ਸੈਂਟਰ ਵਿੱਚ ਬੂਟੀ ਆਏਗੀ ਚਾਰੇ ਸਾਈਡ ਸੇ ਬਾਰਡਰ ਰਹੇਗਾ ਜੀ ਟਾਸਲ ਦਿੱਤੇ ਹੋਣਗੇ ਫਿਨਿਸ਼ਿੰਗ ਕਾਫੀ ਅੱਛੀ ਹੈ ਸਪੀਸ ਦੀ ਐਂਡ ਆਫ ਕੌਰਸ ਅੱਜ ਕੱਲ ਜਿਹੜਾ ਕਰੀਮ ਹੈ ਜਾਂ ਫਿਰ ਆਈਵਰੀ ਕਲਰ ਆਪਾਂ ਇਹਨੂੰ ਕਹਿ ਦਿੰਦੇ ਹਾਂ ਬਹੁਤ ਹੀ ਡਿਮਾਂਡ ਵਿੱਚ ਹੈਗਾ ਕਾਫੀ ਕਸਟਮਰ ਜੀ ਫੋਟੋਸ ਵਗੈਰਾ ਲੈ ਕੇ ਆਉਂਦੇ ਨੇ ਬਟ ਮੋਸਟ ਆਫ ਦਾ ਟਾਈਮ ਸੋਲਡ ਆਊਟ ਹੋ ਜਾਂਦਾ ਪੀਸ ਇਹ ਵਾਲਾ ਸੋ ਆਈਟਮ ਨੰਬਰ ਸਾਡੀ ਅਜ ਦੀ 9 ਹੈ ਜੀ ਰੇਂਜ ਦੀ ਆਏਗੀ 14060 14060 ਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਸਾਡੀ ਅਜ ਦੀ 9 ਹੈ ਸਾਈਜ਼ਸ ਆਰ ਅਵੇਲੇਬਲ ਅਪ ਟੂ फोर्टी फोर so, सो पहला असी फोटी टू तक बना रहे बट कस्टमर डिमांड के लिए फोर्ट फोर तक सारे सइजेस अवेलेबल मिल जाएंगे ऑल द वे फ्रॉम समॉल टू तो डबल एक्सिल सो नैक्सट वेअ मूविंग ऑन टू अट पिंक स्ट्रेट सूट जिदू एम्बरॉयडरी जी है बहुत सोहनी सिल्वर कलर की सीक्वेंस इंबरॉयडरी मिलेगी दिस आई वुड कॉल अ वेरी ग्लैम ग्लैमरस पीस हैगा बहुत अच्छा पीस आया है भी ए भी असि डिटेलिंग जी हम दिखा डिटेलिंग काफ़ी अच्छी हैगी है ਸਟਾਰਟਿੰਗ ਫਰੋਮ ਦ ਨੈਕ ਨੈਕ ਤੇ ਤੁਹਾਨੂੰ ਇਸ ਤਰ੍ਹਾਂ ਹੈਂਡ ਐਮਬਰਾਇਡਰੀ ਮਿਲੇਗੀ ਸਾਰੀ ਮਿਰਰ ਵਰਕ ਦੀ ਜਿਹੜੇ ਵੀ ਕਸਟਮਰਸ ਵੀਡੀਓ ਨੂੰ ਫੋਲੋ ਕਰ ਰਹੇ ਨੇ ਜੀ ਵੀਡੀਓ ਨੂੰ ਦੇਖ ਰਹੇ ਨੇ ਜ਼ਰੂਰ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕੰਟੈਂਟ ਕਿਦਾਂ ਦਾ ਲੱਗ ਰਿਹਾ ਹੈਗਾ ਆਲਸੋ ਇੱਕ ਇੱਕ ਆਪਣੇ ਸਾਰੇ ਫਰੈਂਡਸ ਜਾਂ ਫੈਮਿਲੀ ਨੂੰ ਜ਼ਰੂਰ ਟੈਗ ਕਰੋ ਨੀਚੇ ਕਮੈਂਟ ਵਿੱਚ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਰਾ ਇਸ ਤਰ੍ਹਾਂ ਜ਼ਿਗਜ਼ੈਗ ਸਟਾਈਲ ਦੇ ਵਿੱਚ ਵਰਕ ਆਏਗਾ ਸੀਕੁਐਂਸ ਦਾ ਇਧਰ ਨਾਲ ਜਿਹੜੀ ਤੁਹਾਨੂੰ 슬ੀਵਸ ਮਿਲਣਗੀਆਂ ਜੀ ਚਨੋਂਨ ਦੀ ਫੁੱਲ 슬ੀਵਸ ਆਣਗੀ ਸੂਟ ਦੇ ਵਿੱਚ ਬੇਸ ਫੈਬਰਿਕ ਵੀ ਚਨੋਂਨ ਹੈ ਔਰ ਸਾਰਾ ਬਾਟਮ ਦਾ ਫੈਬਰਿਕ ਆ ਉਹ ਵੀ ਸੇਮ ਚੁਣੌਂਦਾ ਆਗਾ ਸ਼ਰਾਰਾਂ ਹੁਣ ਤੁਹਾਨੂੰ ਦਿਖਾ ਰਹਾ ਜੀ ਇਸ ਟਾਈਮ ਤੇ ਸ਼ਰਾਰੇ ਦੀ ਵੀ ਲੁੱਕ ਬਹੁਤ ਅੱਛੀ ਆਏਗੀ ਹੈਵੀ ਸ਼ਰਾਰੇ ਦੇ ਨਾਲ ਹੈਵੀ ਸ਼ਰਟ ਦਾ ਕਨਸੈਪਟ ਹੈਗਾ ਜੀ ਫਰੰਟ ਔਰ ਬੈਕ ਸੇਮ ਆਏਗਾ ਅਗੇਨ ਬੈਕ ਥੋੜੀ ਜਿਹੀ ਡੀਪ ਦਿੱਤੀ ਗਈ ਹੈ ਇਹਦੇ ਵਿੱਚ ਇਸ ਨਾਲ ਲਟਕਾਂਸ ਬਨਨਗੇ ਟੈਸਲਸ ਆਨ ਕੇ ਡੋਰੀ ਲੱਗੀ ਹੋਈ ਹੈ ਸੋ ਇਹ ਲੁੱਕ ਆਊਗੀ ਜੀ ਪੂਰੇ ਆਊਟਫਿਟ ਦੀ ਅਗੇਨ ਫਾਰ ਯੋਰ ਜਾਗੋ ਨਾਈਟ ਜਾਂ ਫਿਰ ਫਾਰ ਯੋਰ ਸੰਗੀਤ ਫੰਕਸ਼ਨ ਜਿੱਤੇ ਤੁਸੀਂ ਥੋੜਾ ਜਿਹਾ ਬ੍ਰਾਈਟ ਕਲਰ ਕੈਰੀ ਕਰ ਸਕਦੇ ਹੋ ਕਿਉਂ

ਨੈਕਸਟ ਉਹਨੂੰ ਅਸੀਂ ਦਿਖਾ ਰਹੇ ਹਾਂ ਜੀ ਰਾਇਲ ਬਲੂ ਔਰ ਫਿਰੋਜ਼ੀ ਕਰਦੇ ਕੰਟਰਾਸਟ ਦੇ ਵਿੱਚ ਬਹੁਤ ਅੱਛਾ ਪੀਸ ਆਇਆ ਹੈ ਵੀ ਸਟ੍ਰੇਟ ਸੂਟ ਆਏਗਾ ਜੀ ਨਾਲ ਪ੍ਰਿੰਟਡ ਇਹਦੇ ਵਿੱਚ ਤੁਹਾਨੂੰ ਬਾਂਦਨੀ ਵਾਲਾ ਸ਼ਾਦਾਰਾ ਮਿਲਦਾ ਹੈ ਦਿਸ ਆਲਸੋ ਇਜ਼ ਅ ਵੈਰੀ ਹੌਟ ਸੇਲਿੰਗ ਪੀਸ ਸਾਡੇ ਸਟੋਰ ਤੇ ਕਾਫੀ ਅੱਛੀ ਜੀ ਸੇਲ ਹੋ ਰਹੀ ਹੈ ਜੀ ਕਾਫੀ ਗਸਪਰਸ ਪਿਕ ਕਰ ਰਹੇ ਨੇ ਔਰ ਇਸ ਸਾਲ ਸਾਰੇ ਗਸਪਰਸ ਨੂੰ ਥੋੜੀ ਜੀ ਬ੍ਰਾਈਟ ਕਲਰਸ ਦੀ ਡਿਮਾਂਡ ਹੈ ਸੋ ਦੈਟ ਇਜ਼ ਵਾਈ ਅਸੀਂ ਇਹ ਵਾਲੇ ਕਲਰ ਸਪੈਸ਼ਲੀ ਹੁਣ ਬਣਵਾ ਰਹੇ ਹਾਂ ਰॉयਲ ਬਲੂ ਕਲਰ ਦੀ ਸਾਰੀ ਇਸ ਤਰ੍ਹਾਂ ਰਾਮਾ ਗ੍ਰੀਨ ਕਲਰ ਦੀ ਸ਼ਰਟ ਆਏਗੀ ਪੂਰਾ ਹੈਂਡਵਰਕ ਨਾਲ ਲੋਡਡ ਸ਼ਰਟ ਹੈ ਐਸ ਯੂ ਕੈਨ ਸੀ ਹੇਅਰ ਸਾਰਾ ਸਟੋਨ ਦਾ ਦਬਕੇ ਦਾ ਕਟਦਾਨੇ ਦਾ ਵਰਕ ਆਏਗਾ ਪੂਰੀ ਸ਼ਰਟ ਦੇ ਉੱਤੇ ਮਿਕਸ ਸਾਰਾ ਕੰਮ ਕੀਤਾ ਹੋਇਆ ਇਸ ਦੇ ਨਾਲ ਜਿਹੜੀ ਤੁਹਾਨੂੰ 슬ੀਵਸ ਮਿਲਦੀਆਂ ਨੇ ਜੀ ਕੈਪ 슬ੀਵਸ ਬਣਨ ਗਿਆ ਔਰ ਨਾਲ ਇਸ ਤਰ੍ਹਾਂ ਕ੍ਰਿਸਟਲਸ ਮਿਲਣਗੇ ਸਾਈਡ ਤੇ ਕਹ ਲੋ ਵੀ ਗਾਰਨਿਸ਼ਿੰਗ ਵਾਸਤੇ ਇਸ ਤਰ੍ਹਾਂ ਕ੍ਰਿਸਟਲਸ ਲੱਗੇ ਹੋਏ ਨੇ ਸਟ੍ਰੇਟ ਸ਼ਰਟ ਮਿਲੇਗੀ ਔਰ ਨਾਲ ਇਹਦੇ ਨਾਲ ਜਿਹੜਾ ਪਲਾਜ਼ੋ ਮਿਲੇਗਾ ਜੀ ਤੁਹਾਨੂੰ ਮਲਟੀ ਕਲਰ ਪਲਾਜ਼ੋ ਆਏਗਾ ਰॉयਲ ਬਲੂ ਫਿਰੋਜ਼ੀ ਔਰ ਰਾਮਾ ਗ੍ਰੀਨ ਕਲਰ ਦੇ ਵਿੱਚ ਸਾਰਾ ਪਲਾਜ਼ੋ ਹੈ ਲਾਸਟ ਵਿੱਚ ਇਸ ਤਰ੍ਹਾਂ ਪ੍ਰੋਪਰ ਵਰਕ ਆਏਗਾ ਘੇਰੇ ਦੇ ਉੱਤੇ ਪਲਾਜ਼ੋ ਦੇ ਇਹ ਲੁੱਕ ਆਏਗੀ ਜੀ ਸ਼ਰਟ ਦੇ ਫਰੰਟ ਦੀ ਇਹਦੇ ਨਾਲ ਜਿਹੜਾ ਬੈਕ ਹੈ ਉਹ ਵੀ ਸੇਮ ਬਣਿਆ ਹੋਇਆ ਹੈ ਸ਼ਰਟ ਦਾ ਫਰੰਟ ਐਂਡ ਬੈਕ ਸੇਮ ਆਏਗਾ ਬੈਕ ਵੀ ਨੈਕ ਥੋੜਾ ਡੀਪ ਕੀਤਾ ਹੋਇਆ ਜੀ ਦੇਖ ਸਕਦੇ ਹੋ ਬੈਕ ਤੇ ਵੀ ਸੇਮ ਐਮਬਰਾਇਡਰੀ ਹੈ ਜੋ ਫਰੰਟ ਦੇ ਉੱਤੇ ਆਏਗੀ ਹੈਵੀ ਨਾਲ ਸ਼ਰਾਰਾ ਦਿੱਤਾ ਗਿਆ ਪ੍ਰਿੰਟਿੰਗ ਦੇ ਵਿੱਚ ਇਸ ਦੇ ਨਾਲ ਜਿਹੜਾ ਦੁਪੱਟਾ ਜੀ ਸੀ ਸੌਫਟ ਨੈਟ ਦਾ ਦੇ ਰਿਹਾ ਸੋ ਦੈਟ ਦਾ ਸ਼ਰਟ ਇਜ਼ ਵਿਜ਼ੀਬਲ ਤਾਂ ਕਿ ਜਿਹੜਾ ਸ਼ਰਟ ਦਾ ਡਿਜ਼ਾਈਨ ਆ ਵਿਜੀਬਲ ਰਹਿ ਇਸ ਲਈ ਤੁਹਾਨੂੰ ਜਿਹੜਾ ਦੁਪੱਟਾ ਇਹਦੇ ਵਿੱਚ ਨੈਟ ਦਾ ਮਿਲੇਗਾ ਬਟ ਜਿਹੜੇ ਦੁਪੱਟੇ ਦੇ ਵਿੱਚ ਵੀ ਫਿਨਿਸ਼ਿੰਗ ਹੈ ਉਹ ਵੀ ਬਹੁਤ ਅੱਛੀ ਹੈ ਇਸ ਤਰ੍ਹਾਂ ਲੇਸੇ ਆਣਗੇ ਕੰਟਰਾਸਟ ਸੈਂਟਰ ਦੇ ਵਿੱਚ ਵੀ ਤੁਸੀਂ ਦੇਖੋ ਬੂਟੀ ਆਣ ਗਿਆ ਇਹ ਲੁੱਕ ਆਏਗੀ ਜੀ ਸਾਰੇ 20 ਦੀ ਆਈਟਮ ਨੰਬਰ ਸਾਡੀ ਅੱਜ ਦੀ ਇਹ ਵਾਲੀ 11 ਹੈਗੀ ਹੈ ਜੀ ਰੇਂਜ ਇਹਦੀ ਆਏਗੀ 16190 16190 ਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਸਾਡੀ ਅੱਜ ਦੀ 11 ਹੈਗੀ ਹੈ ਨੈਕਸਟ ਚਲੋ ਜੀ ਨੈਕਸਟ ਵਨ ਥੋੜਾ ਜਿਹਾ ਤੁਹਾਨੂੰ ਕਨਸੈਪਟ ਚੇਂਜ ਕਰਕੇ ਥੋੜਾ ਵੈਸਟਰਨ ਵਨ ਲੈ ਕੇ ਜਾ ਰਹੇ ਹਾਂ ਥੋੜੀ ਜੀ ਸਾਡੇ ਕੋਲ ਇੰਡੋ ਵੈਸਟਰਨ ਸਾਰੀਆਂ ਜਾਈ ਸੀ ਤੁਹਾਨੂੰ ਉਹ ਦਿਖਾਉਣ ਜਾ ਰਹੇ ਹਾਂ ਜੀ ਡ੍ਰੇਪ ਸਾਰਿਸ ਸਟਾਰਟਿੰਗ ਫਰੋਮ ਦਾ ਅਨਿਅਨ ਕਲਰ ਆਰਟੀਕਲ ਬਹੁਤ ਸੁੰਦਰ ਪੀਸ ਆਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਡ੍ਰੇਪ ਸਾਰੀ ਆਇਗੀ ਜਿਹਦੇ ਜੀ ਬਲਾਊਜ਼ ਜਿਹੜਾ ਹੈ ਨੈਟ ਦਾ ਹੈਗਾ ਔਰ ਨੈਟ ਦੇ ਬਲਾਊਜ਼ ਦੇ ਨਾਲ ਜਿਹੜਾ ਤੁਹਾਨੂੰ نیچے ਕਵਰਿੰਗ ਮਿਲਦੀ ਹੈ ਜਿਹੜੀ ਚੈਸਟ ਪੋਰਸ਼ਨ ਤੇ ਕਵਰਿੰਗ ਹੈ ਉਹ ਪਿਓਰ ਸੈਟਨ ਦੇ ਵਿੱਚ ਆਏਗੀ ਇਹਦੇ ਨਾਲ ਜਿਹੜੇ 슬ੀਵਸ ਮੰਗੇ ਜੀ ਇਸ ਤਰ੍ਹਾਂ ਅੰ ਇਕਵਰੇ ਡਿਟੇਲਿੰਗ ਤੁਸੀਂ ਇਹਦੇ ਦੇਖ ਲੋ ਮਤਲਬ ਇਹ ਵਾਲਾ ਪੀਸ ਜੀ ਜਿੰਨਾ ਇਹਦੇ ਬਾਰੇ ਬੋਲੋ ਉਹਨਾਂ ਕਟ ਹੈ बिकॉज ਲੁੱਕ ਬਹੁਤ ਸਮਾਰਟ ਹੈਗੀ ਹੈ ਇਸ ਤਰ੍ਹਾਂ ਸਾਰਾ ਹੈਂਡਵਰਕ ਆਏਗਾ ਪੀਸ ਦੇ ਉੱਤੇ ਔਰ ਇਹ ਬਹੁਤ ਈਜ਼ੀ ਟੂ ਕੈਰੀ ਡ੍ਰੇਪ ਹੈਗਾ ਜੀ ਦੇਖ ਸਕਦੇ ਤੁਸੀਂ نیچے ਹੁੱਕ ਲੱਗੇ ਹੋਏ ਨੇ ਪਲੀਟਸ ਵੀ ਸਾਰੀਆਂ ਬਣੀਆਂ ਹੋਈਆਂ ਨੇ ਆਨੀਅਨ ਕਲਰ ਦਾ ਮੋਵਿਸ਼ ਆਨੀਅਨ ਕਲਰ ਦਾ ਪੀਸ ਆਏਗਾ ਸਿਰਫ ਆਪਾਂ ਇਹਨੂੰ ਹੁੱਕ ਬੰਦ ਕਰਕੇ ਇਹਦਾ ਸਾਹਮਣੇ ਉਹ ਪਾਓ ਜਿਹੜਾ ਡ੍ਰੇਪ ਹੈ ਹੈਂਡਵਰਕ ਦੀ ਪੂਰੀ ਪ੍ਰੋਪਰ ਇਨੋਂ ਆਪਾਂ ਡ੍ਰੇਪ ਕਰ ਲੈਣਾ ਹੈਗਾ that is all ਇਸ ਤਰ੍ਹਾਂ ਤੁਹਾਡਾ ਇੱਕ ਪ੍ਰੋਪਰ ਆਊਟਫਿਟ ਬਣ ਜਾਏਗਾ ਇਹਦਾ ਤੁਹਾਨੂੰ ਬੈਕ ਵੀ ਅਸੀਂ ਦਿਖਾ ਦਿੰਨੇ ਆ ਬਲਾਊਜ਼ ਦਾ ਬੈਕ ਵੀ ਬਹੁਤ ਅੱਛਾ ਬਣਿਆ ਹੋਇਆ ਹੈ ਪੂਰਾ ਹੈਵੀ ਬੈਕ ਆਏਗਾ ਔਰ ਬੈਕ ਦਾ ਕੁਝ ਪੋਰਸ਼ਨ ਜਿਹੜਾ ਉੱਪਰ ਪੋਰਸ਼ਨ ਹੈ ਥੋੜਾ ਜਿਹਾ ਟਰਾਂਸੀ ਹੈ ਅਗੇਨ ਇਫ ਯੂ ਵਾਂਟ ਕਵਰਿੰਗ that also we can provide for you ਕਵਰਿੰਗ ਵੀ ਆਪਾਂ ਦੇ ਸਕਦੇ ਆ ਗਿਆ ਇਸ ਤਰ੍ਹਾਂ ਸੌਰੀ ਡ੍ਰੇਪ ਸਾੜੀ ਦੀ ਲੁੱਕ ਆਏਗੀ ਜੀ प्योर आएगा जी फैब्रिक ना पहली गल लाइकरा फैब्रिक नहीं है जॉर्जट लाइकरा आएगा सो फैब्रिक दी, लुक भी बहुत समार्ट है यदि आइटम नंबर साइड की ट्वेल्व हैगी है जी रेंज रेंजी आएगी एटीन थाउजेंड वन फिफ्टी अठारह हजार एक सौ पाँ का प्राइस रहेगा जी आइटम नंबर आज की ट्वेल्व हैगी है, है। साइज आर अवेलेबल अपू फोर्टी तो टू नैक्सट साड़ी में आपको एक और आर्टिकल दिखाने जा रहा हूँ जी अब डस्टी मिंट कलर के अंदर आर्टिकल आएगा ये वाला सारा एक्सरडाइज वर्क है इसके ऊपर लो जी इसमें जो ब्लाउज आएगा जैसे वी नेक स्टाइल में ब्लाउज आएगा एक मिनट होना ठीक हाँ जी अब ठीक है लो जी डस्टी मिंट कलर कलर का पीस आएगा जी और स्पेषली जी थो साड़ीज़ दिखा रहे हैं इंग्लिश कलर ज़्यादा अच्छे लगते हैं बिकॉज कॉन्सैप्ट थोड़ा वैस्टन है सो दैट इज़ वाई जो कलर है देख लो सारे डस्टी शेड्स आवगे ये उत्ते भी अंब्रॉयडरी देख सकते हो दो तरह की एम्ब्रॉयडरी है there is one floral pattern aur thoda jaise zigzag ya criss cross style vi chal raha hai pure silk da blouse aayega jit utte pure silk da nal is tarah cut work milega sleeves te same scalping mo kapan utthe tummy da vi portion te milega again eh vi jehri drape hai ji bahut easy to carry hai full sleeve utthe half sleeves da option hai ga niche sari is tarah dekho pleats sari banniyan huyian ne aur jithe pleats khatam ho riyan ne utthe vi sara hand work aayega ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਰਾ ਹੱਥ ਦਾ ਕੰਮ ਆਇਆ ਹੈ ਦੇ ਉੱਤੇ ਵੀ। ਔਰ ਕੁਝ ਨਹੀਂ ਕਰਨਾ ਜੀ ਆਪਾਂ इजीली ਬਸ ਵੇਸ ਤੇ ਆਪਾਂ ਇਹਨੂੰ ਹੁੱਕ ਕਰਨ ਹੈਗਾ ਆਪਣੇ ਡ੍ਰੇਪ ਨੂੰ। ਔਰ ਇਸ ਤਰ੍ਹਾਂ ਪੱਲੂ ਲੜਨਾ ਆਪਾਂ ਸ਼ੋਲਡਰ ਦੇ ਉੱਤੇ ਸਾਰੇ ਪੱਲੂ ਤੇ ਪੂਰਾ ਹੈਂਡਵਰਕ ਆਏਗਾ। ਇਹ ਵੀ ਤੁਸੀਂ ਸਾਰਾ ਦੇਖ ਸਕਦੇ ਹੋ। ਐਜ਼ ਅਨ ਐਸੈਸਰੀ ਇਹਦੇ ਵਿੱਚ ਤੁਹਾਨੂੰ ਇਹ ਵਾਲੀ ਜਿਹੜੀ ਬੈਲਟ ਹੈ ਉਹ ਵੀ ਨਾਲ ਮਿਲੇਗੀ। ਤੁਸੀਂ ਉਸ ਨੂੰ ਬੈਲਟ ਨੂੰ ਆਪਣਾ ਟਾਈ ਕਰ ਸਕਦੇ ਹੋ ਵੇਸ ਦੇ ਅਰਾਊਂਡ ਔਰ ਡ੍ਰੇਪ ਨੂੰ ਐਸਾ ਪ੍ਰੋਪਰ ਟੱਕ ਕਰ ਸਕਦੇ ਹੋ। सो फ्रंट एंड बैक सेम आएगा जी ब्लाउज जरा बैक दिता गया सारा इस तरह हुक वाला आएगा सो so, तो इस तरह बैक ईजीली अपने कंफर्टलेबल हिसाब न कर सकते हैं बैकते भी सेम स्कैल्पिंग का वर्क आएगा ये लोग आएगा जी पूरी आउटफिट की आइटम नंबर साड़ी आज की हैगी थर्टीन और रेंज आएगी बई हज़ार दो सौ सत्तर ट्वेंटी टू थाउजेंड टू सैवेंटी का प्राइस रहेगा जी आईटम नंबर साइड आइज की थर्टिन हैगी है सइज आर अवेलेबल अपू डबल एक्सएल so from small to double xl tak size sare available hai aapko 44 tak next one again thoda sa hun concept change kar rahe hain ji apun tanu dikhan ja rahe hain jacket dresses jin nal niche palazzo aange upar shrug hai gaya aur nal blouse aayega 3 piece sets again hai gane. now these kind of articles are suitable for two or three functions jisme sangeet ya mehndi te tu si pa sakde ho ve article because these are all bright color articles colorful articles again hai gane. ਦੂਸਰਾ ਜਿਵੇਂ ਆਪਾਂ ਕੁਝ ਸਟਾਈਲਿਸ਼ ਡ्रेसेस ਬਣਾਨੀਆਂ ਹੁੰਦੀਆਂ ਡਰੂਜ਼ੋ ਦੇ ਵਾਸਤੇ ਉਹਨਾਂ ਵਾਸਤੇ ਵੀ ਇਹ ਚੀਜ਼ ਬਹੁਤ ਐਪਰੋਪ੍ਰੀਏਟ ਹੈਗੀ ਨੇ बिकॉज़ ਤੁਸੀਂ ਖੁਦ ਇੱਕ ਵਾਰੀ ਇਮੇਜਨ ਕਰਕੇ ਦੇਖੋ ਆਫਟਰ ਵੈਡਿੰਗ ਆਪਣਾ ਕੋਈ ਡਿਨਰ ਹੈਗਾ ਜਿੱਤੇ ਆਪਾਂ ਏਥਨਿਕ ਵੇਅਰ ਪਾਣਾ ਹੈ ਮਾਡਰਨ ਏਥਨਿਕ ਵੇਅਰ ਉਹਨਾਂ ਵਾਸਤੇ ਬਹੁਤ ਸੂਟੇਬਲ ਆਰਟੀਕਲਸ ਨੇ ਸੋ ਸ਼ੁਰੂ ਕਰ ਰਹੇ ਹਾਂ ਜੀ ਪੈਲੇਟ ਕਲਰ ਦੇ ਆਰਟੀਕਲ ਤੋਂ ਚੀਨੋਂ ਦਾ ਆਰਟੀਕਲ ਆਇਆ ਹੈਗਾ ਇਹ ਵਾਲਾ ਪਲੱਸ ਤੁਸੀਂ ਦੇਖ ਸਕਦੇ ਹੋ ਪੂਰਾ ਫੁੱਲ ਫਲੇਅਰ ਵਾਲਾ ਇਹਦੇ ਵਿੱਚ ਜ਼ਫਾ ਆਏਗਾ ਜਾਰਜਟ ਫੈਬਰਿਕ ਦਾ ਪੂਰਾ ਜ਼ਫਾ ਬਣਾਇਆ ਹੋਇਆ ਹੈ ਜੀ ਨਾਲ ਜਿਹੜਾ ਬਲਾਊਜ਼ ਦਿੱਤਾ ਗਿਆ ਹੈ ਚ ਮਲਟੀ ਕਲਰ ਬਲਾਊਜ਼ ਆਏਗਾ ਸਾਰਾ ਸਟ੍ਰੈਪਸ ਆਣਗੇ ਉੱਪਰ ਸਲਿਮ ਦੇ ਸਟ੍ਰੈਪਸ ਨੇ ਹੁੰਦੇ ਵੀ ਸਾਰਾ ਵਰਕ ਆਏਗਾ ਹੈਂਡ ਦਾ ਕਲਰ ਮੈਚਿੰਗ ਤੁਸੀਂ ਇੱਕ ਵਾਰੀ ਪਲੀਜ਼ ਦੇਖੋ ਜੀ ਕਲਰ ਮੈਚਿੰਗ ਬਹੁਤ ਸਮਾਰਟ ਦਿੱਤੀ ਗਈ ਹੈ ਦੇ ਉੱਤੇ ਪਿੰਕ ਪੀਚ ਔਰ ਇਸ ਤਰ੍ਹਾਂ ਆਈਸ ਬਲੂ ਗਾਦੇ ਕਲਰ ਮੈਚਿੰਗ ਆਏਗੀ ਥ੍ਰੈਡ ਦੀ ਇਸ ਦੇ ਨਾਲ ਜਿਹੜਾ ਸ਼ਰਗ ਆਏਗਾ ਜੀ ਫੁੱਲ 슬ੀਵਜ਼ ਦੇ ਨਾਲ ਆਏਗਾ ਚਨੋਂਨ ਦਾ ਸ਼ਰਗ ਆਏਗਾ ਸਾਰਾ ਸੀਕਵੈਂਸ ਦਾ ਵਰਕ ਆਏਗਾ ਔਰ ਲਾਸਟ ਇਸ ਤਰ੍ਹਾਂ ਫ੍ਰਿਲਸ ਮਿਲਦੇ ਨੇ ਸ਼ਰਗ ਦੇ ਵਿੱਚ फ्लोर लेंथ श्रग है जी इत नाल इस तरह ये दा फ्रंट आएगा बैक व्यू मैं ਤੁਹਾਨੂੰ ਦਿਖਾਉਣ ਜਾ ਰਿਹਾ ਇਸ ਤਰ੍ਹਾਂ ব্যাক ਆਏਗਾ ਸੋ ਬਹੁਤ ਹੀ ਅੱਛਾ ਲਾਈਟ ਵੇਟ ਲੁੱਕ ਦਾ ਪੀਸ ਆਏਗਾ ਸਟਾਈਲਿਸ਼ਰ ਆਰਟੀਕਲ ਹੈ ਅਗੇਨ ਦਾ ਮੇਨ ਫੋਕਸ ਇਸ ਓਨ ਦਾ ਬਲouses ਐਂਡ ਦਾ प्लाजो ਜਿਹਨਾਂ ਦੇ ਲੁੱਕ ਦੋਨਾਂ ਦੇ ਹੀ ਬਹੁਤ ਸਮਾਰਟ ਹੈ ਆਈਟਮ ਨੰਬਰ ਸਾਡੀ ਅੱਜ ਦੀ ਹੈ ਜੀ ਇਹ ਵਾਲੀ 14 ਰੇਂਜ ਇਸ ਜਾਈਗੀ 7650 ਵਿਚ ਇਸ ਅ ਵੈਰੀ ਨਾਈਸ ਡੀਲ ਟੂ ਗ੍ਰੈਬ ਸਿਰਫ 7650 ਦਾ ਆਰਟੀਕਲ ਹੈ ਜੀ ਆਈਟਮ ਨੰਬਰ ਸਾਡੀ ਅੱਜ ਦੀ 14 ਹੈ ਸਾਈਜ਼ ਇਸ ਆਰ ਅਵੇਲੇਬਲ ਅਪ ਟੂ 42 ਨੈਕਸਟ ਆਨ ਨੂੰ ਹੁਣ ਮੈਂ ਕਾਫਤਾਨ ਸੈੱਟ ਦਿਖਾ ਰਿਹਾ ਹਾਂ ਜੀ ਪਲਾਜ਼ੋ ਦੇ ਨਾਲ ਹੀ ਹੈ ਵੀ ਬਲouses ਦੇ ਨਾਲ ਹੀ ਹੈ ਡਾਰਕ ਮਹਿਰੂਨ ਕਲਰ ਦੇ ਵਿੱਚ ਆਇਆਗਾ ਇਹ ਵੀ ਪੀਸ ਬਹੁਤ ਸਮਾਰਟ ਹੈ ਇਹਦਾ ਜਿਹੜਾ ਪਲਾਜ਼ੋ ਹੈ ਉੱਤੇ ਵੀ ਵਰਕ ਆਏਗਾ ਫਸਟ lets me show you the blouse first ਤੁਸੀਂ ਦੇਖ ਸਕਦੇ ਹੋ ਸਾਰਾ strap ਦੇ ਉੱਤੇ ਮਿਰਰ ਵਰਕ ਆਏਗਾ ਅਗੇ ਥੋੜਾ ਗਲੈਮਰਸ ਜਿਹਾ ਇਹਦਾ ਬਲouses ਬਣਾਇਆ ਹੋਇਆ ਜੀ ਸ਼ਾਈਨੀ ਸਾਰਾ ਪੀਸ ਆਏਗਾ ਬਲouses ਦਾ ਇਹਦਾ ਹੈਂਡ ਵਰਕ ਦਿੱਤਾ ਗਿਆ ਸਾਰੇ ਬਲouses ਤੇ ਸ਼ਰਾਰਾ ਵੀ ਤੁਸੀਂ ਦੇਖ ਸਕਦੇ ਹੋ ਸ਼ਰਾਰੇ ਤੇ ਵੀ ਸਾਰਾ ਸੀਕੁਐਂਸ ਦਾ ਵਰਕ ਆਏਗਾ ਸੋ ਦਿਸ ਇਜ਼ ਅ ਵੈਰੀ ਨਾਈਸ ਬਹੁਤ ਹੀ ਅੱਛਾ ਅਪੀਲਿੰਗ ਜਿਹੜਾ ਆਰਟੀਕਲ ਆਏਗਾ ਜੀ ਮਹਿਰੂਨ ਕਲਰ ਦਾ ਪਲਾਸੋ ਦਿੱਤਾ ਗਿਆ ਹੈ ਜਾਰਜਟ ਦੇ ਵਿੱਚ ਸਿਲਕ ਦਾ ਬਲਾউজ ਆਏਗਾ ਇਹਦੇ ਨਾਲ ਜਿਹੜਾ ਕਾਫਤਾਨ ਹੈਗਾ ਉਹ ਵੀ ਸੇਮ ਫੈਬਰਿਕ ਜਾਰਜਟ ਦਾ ਹੀ ਆਏਗਾ ਜੀ ਜੋ ਤੁਹਾਨੂੰ ਹੁਣ ਬੈਕ ਤੋਂ ਦਿਖਾ ਰਿਹਾ ਕੱਟ 슬ੀਵਜ਼ ਦੇ ਵਿੱਚ ਆਂਦਾ ਜੀ ਕਾਫਤਾਨ ਬਟ ਇਫ ਯੂ ਵਾਂਟ ਟੂ ਅਟੈਚ 슬ੀਵਜ਼ ਅਸੀਂ ਉਹ ਵੀ ਤੁਹਾਡੇ ਵਾਸਤੇ ਕਰ ਸਕਦੇ ਹਾਂ 슬ੀਵਜ਼ ਅਸੀਂ ਅਟੈਚ ਕਰ ਦਾਂਗੇ ਲਾਈਟ ਵੇਟ ਜਾਂ ਸ਼ਰੱਗ ਹੈ ਸ਼ਰੱਗ ਦੇ ਨਾਲ ਟਾਸਲਜ਼ ਦੀ ਫਿਨਿਸ਼ਿੰਗ ਦਿੱਤੀ ਗਈ ਹੈ ਇਹ ਲੁੱਕ ਆਏਗੀ ਜੀ ਪੂਰੇ ਪੀਸ ਦੀ ਸੋ ਪਲਾਜ਼ੋ ਆਏਗਾ ਜੀ ਨਾਲ ਹੈਗਾ ਬਲਾਊਜ਼ ਨਾਲ ਸ਼ਰਗ ਆਏਗਾ ਆਈਟਮ ਨੰਬਰ ਸਾਡੀ ਅੱਜ ਦੀ ਇਹ ਵਾਲੀ ਹੈਗੀ ਜੀ 15th ਔਰ ਇਹਦੀ ਰੇਂਜ ਆਏਗੀ 10680 10680 ਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਸਾਡੀ ਅੱਜ ਦੀ 15 ਹੈਗੀ ਹੈ ਸ਼ਰਗ ਦੇ ਵਿੱਚ ਤੁਹਾਨੂੰ ਇੱਕ ਹੋਰ ਕਨਸੈਪਟ ਦਿਖਾ ਰਿਹਾ ਜੀ ਇਹ ਵੀ ਲਾਈਟ ਵੇਟ ਆਰਟੀਕਲ ਹੈਗਾ ਆਈਸ ਬਲੂ ਕਲਰ ਚਾਏਗਾ ਇਹਦਾ ਜਿਹੜਾ ਬਲਾਊਜ਼ ਹੈ ਜੀ ਬਹੁਤ ਸਮਾਰਟ ਹੈ ਬਹੁਤ ਐਲੀਗੈਂਟ ਬਲਾਊਜ਼ ਆਇਆ ਹੈ ਦਾ ਪੂਰਾ ਹੈਵੀ ਬਲਾਊਜ਼ ਆਇਆ ਹੈ ਇਹਦੇ ਵਿੱਚ ਮਿਰਰ ਵਰਕ ਦਾ ਮਤਲਬ ਬਹੁਤ ਹੀ ਅੱਛਾ ਇਹਦੀ ਜਿਹੜੀ ਲੁੱਕ ਆਏਗੀ 3D ਸਾਰੇ ਫਲਾਵਰਸ ਨੇ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਦਾ ਕੰਮ ਹੈ ਬਟ ਸਾਰਾ 3D ਵਰਕ ਹੈ ਸੋ ਦਿਸ ਲੁਕਸ ਵੈਰੀ ਨਾਈਸ ਬਲouses ਪੂਰਾ ਹੈਵੀ ਰਹੇਗਾ ਜੀ ਆਈਸ ਬਲੂ ਕਲਰ ਦਾ نیچے ਜੌਰਜਟ ਦਾ نیچے ਪਲਾਜ਼ੋ ਆਏਗਾ ਅਗੇਨ ਫੁੱਲ ਇਸ ਤਰ੍ਹਾਂ ਹੈਵੀ ਲੋਡਡ ਸਾਰਾ ਪਲਾਜ਼ੋ ਆਏਗਾ ਇਹਦੇ ਵਿੱਚ ਵੀ ਤੁਹਾਨੂੰ ਜਿਹੜੀ ਸ਼ਰੱਗ ਮਿਲੇਗੀ ਥੈਟ ਇਜ਼ ਫੁੱਲ 슬ੀਵ ਸ਼ਰੱਗ اور ਫਲੋਰ ਲੈਂਥ ਰਹੇਗੀ ਇਹਦੀ ਲੈਂਥ ਵੀ ਫਲੋਰ ਲੈਂਥ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਦੇਖੋ ਸੀਕੁਐਂਸ ਦਾ ਸਾਰੇ ਦੇ ਉੱਤੇ ਵਰਕ ਆਏਗਾ ਸ਼ਰਗ ਪੂਰਾ ਹੈਵੀ ਬਣਿਆ ਹੋਇਆ ਔਰ نیچے ਲਾਸਟ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਫਰਲਸ ਲੱਗੇ ਹੋਣ ਨੇ ਇਹ ਲੋਕ ਆਏਗੀ ਜੀ ਡਰੈਸ ਦੇ ਫਰੰਟ ਦੇ ਤੁਹਾਨੂੰ ਇਹਦਾ ਬੈਕ ਵੀ ਦਿਖਾ ਰਿਆ ਅਗੇਨ ਬੈਕ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਅੱਛਾ ਬਣਿਆ ਪੂਰਾ ਹੈਵੀ ਲੁੱਕ ਆਏਗੀ ਬੈਕ ਤੋਂ ਵੀ ਜਾਰਜਟ ਦੀ ਸ਼ਰਗ ਹੈਗੀ ਜੀ ਫਲੋਰ ਲੈਂਥ ਵਿਦ ਫੁੱਲ 슬ੀਵਜ਼ ਜਾਰਜਟ ਦਾ نیچے ਪਲਾਜ਼ੋ ਆਏਗਾ ਔਰ ਨਾਲ ਦਿੱਤਾ ਹੋਇਆ ਤੁਹਾਨੂੰ ਬਹੁਤ ਸੋਹਣਾ ਬਲਾਊਜ਼ ਦਿਸ ਕੈਨ ਆਲਸੋ ਬੀ ਵੋਨ ਮਤਲਬ ਸੰਗੀਤ ਤੇ ਜਾਂ ਮਹਿੰਦੀ ਤੇ ਤੁਸੀਂ ਪਾਈ ਸਕਦੇ ਹੋ ਕਿਉਂ ਪਰ ਤੁਸੀਂ ਇਹਨੂੰ ਜਿਵੇਂ ਕੋਕਟੇਲ ਟਾਈਪ ਫੰਕਸ਼ਨਸ ਤੇ ਪਾਣਾ ਉਸ ਤੇ ਵੀ ਤੁਸੀਂ ਵੇਅਰ ਕਰ ਸਕਦੇ ਹੋ ਬਿਕੋਜ਼ ਕਲਰ ਬਹੁਤ ਅੱਛਾ ਹੈ ਆਈਟਮ ਨੰਬਰ ਸਾਡੀ IG 16 ਹੈਗੀ ਹੈ ਜੀ ਰੇਂਜ ਇਹਦੀ ਆਏਗੀ 9070 9070 ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਸਾਡੀ IG 16 ਹੈਗੀ ਹੈ ਨੈਕਸਟ ਚਲੋ ਜੀ ਨੈਕਸਟ ਅਨ ਵਿੱਚ ਇੰਡੋ ਵੈਸਨ ਵਿੱਚ ਡਿਫਰੈਂਟ ਆਰਟੀਕਲ ਦਿਖਾ ਰਹੇ ਜੀ ਜੰਪਸੂਟ ਦੇ ਨਾਲ ਸ਼ਰਗ ਆਏਗਾ ਜਾਂ ਕਹਿ ਲਓ ਕਿ ਜੰਪਸੂਟ ਦੇ ਨਾਲ ਕਾਫਤਾਨ ਹੈਗਾ ਬਹੁਤ ਸੋਹਣਾ ਪੀਸ ਆ ਗਿਆ ਇਹ ਵਾਲਾ ਇੱਕ ਵਾਰੀ ਦੇਖ ਸਕਦੇ ਹੋ 블랙 ਐਂਡ ਵਾਈਟ ਕੰਬੀਨੇਸ਼ਨ ਸਿੰਗਲ ਕਲਰ ਕੰਬੀਨੇਸ਼ਨਸ ਅਵੇਲੇਬਲ ਹੈ ਐਂਡ ਥਿਸ ਇਜ਼ ਆਲਸੋ ਪਹਿਲੀ ਗੱਲ ਜੀ ਇਹਦੀ ਜਿਹੜੀ ਕਵਾਂਟੀਟੀ ਉਹ ਵੀ ਬਹੁਤ ਲੋ ਹੈ ਨੀਚੇ ਤੁਸੀਂ ਦੇਖ ਸਕਦੇ ਹੋ ਜਿਹੜਾ ਵਨ ਪੀਸ ਜੰਪਸੂਟ ਹੈਗਾ ਇਸ ਤਰ੍ਹਾਂ ਸਿਰਫ ਉਹਦੇ ਟਮੀ ਪੋਰਸ਼ਨ ਦੇ ਉੱਤੇ ਸਾਰਾ ਜਿਹੜਾ ਯੋਕ ਬਣਿਆ ਹੋ ਉੱਤੇ ਐਮਬਰਾਇਡਰੀ ਆਏਗੀ ਹੈਂਡਵਰਕ ਦੀ ਨਾਲ ਕ੍ਰਿਸਟਲਸ ਲੱਗੇ ਨੇ ਡਾਇਮੰਡ ਜਾਰਜਟ ਦਾ ਪੀਸ ਆਏਗਾ ਇਸ ਤਰ੍ਹਾਂ ਡਿਵਾਈਡਰ ਹੈਗਾ ਨੀਚੋਂ ਜੰਪਸੂਟ ਆਏਗਾ ਨੀਚੇ ਔਰ ਉਹਦੇ ਉੱਤੇ ਕਾਫਤਾਨ ਸੈੱਟ ਜਿਹੜਾ ਹੈਗਾ ਥੈਟ ਇਜ਼ ਇਨ ਪਿਓਰ ਸ਼ਿਮੋਏ ਸਾਰ ਇਸ ਤਰ੍ਹਾਂ ਕਾਫਤਾਨ ਦੇ ਤੇ ਵੀ ਸਾਰੀ ਐਮਬਰਾਇਡਰੀ ਆਏਗੀ ਲੈਪਲਸ ਤੇ ਕਟਦਾਨੇ ਦੀ ਸਾਰੀ ਐਮਬਰਾਇਡਰੀ ਦਿੱਤੀ ਗਈ ਹੈ ਔਰ ਸਾਈਡ ਤੋਂ ਜਿਵੇਂ ਤੁਹਾਨੂੰ ਆਲਰੇਡੀ ਪਤਾ ਹੈ ਕਾਫਤਾਨ ਦੇ ਵਿੱਚ ਸਾਈਡ ਤੇ ਇਦਾਂ ਓਪਨਿੰਗ ਰਹਿੰਦੀ ਹੈਗੀ ਹੈ ਸੋ ਇਹ ਲੁਕਾਏਗੀ ਜੀ ਡਰੈਸ ਦੇ ਫਰੰਟ ਦੇ ਇਹਦੇ ਨਾਲ ਤੁਹਾਨੂੰ ਬੈਕ ਵੀ ਦਿਖਾ ਰਹੇ ਹਾਂ ਲਾਈਟ ਵੇਟ ਜャ ਬੈਕ ਬਣਿਆ ਹੋਇਆ ਹੈ ਪੂਰੀ ਪ੍ਰੋਪਰ ਪਲੀਟਸ ਲੱਗੀਆਂ ਹੋਈਆਂ ਜਿਵੇਂ ਇੱਕ ਕਾਫਤਾਨ ਦੇ ਵਿੱਚ ਹੁੰਦੀਆਂ ਨੇ ਫਰੰਟ ਦਿਖਾਓ ਬਜੀ ਸੋ ਬਲੈਕ ਐਂਡ ਵਾਈਟ ਸਿੰਗਲ ਕਲਰ ਕੰਬੀਨੇਸ਼ਨਸ ਅਵੇਲੇਬਲ ਹੈ ਡਰੈਸ ਹੈਵਲੀ ਆਈਟਮ ਨੰਬਰ ਸਾਡੀ ਰਾਜ ਦੀ 17th ਹੈਗੀ ਹੈ ਜੀ ਰੇਂਜ ਦੀ ਆਏਗੀ 7290 72 7290 ਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ 17 ਹੈ ਸਾਈਜ਼ਸ ਆਰ ਅਵੇਲੇਬਲ ਅਪ ਟੂ 40 ਨੈਕਸਟ ਉਹਨੋਂ ਇੱਕ ਦੋ ਪੀਸੇ ਸਾਡੇ ਜਿਹੜੇ ਰਹਿ ਗਏ ਨੇ ਲਹਿੰਗਾ ਚੋਲੀ ਦੇ ਵਿੱਚ ਜਿਹੜੇ ਨਵੇਂ ਕਨਸੈਪਟਸ ਆਏ ਨੇ ਉਹ ਦਿਖਾਉਣ ਜਾ ਰਹੇ ਹਾਂ ਜੀ ਬਹੁਤ ਸੋਹਣੇ 컬러ਫੁਲ ਕੰਬੀਨੇਸ਼ਨਸ ਨੇ ਅਗੇਨ ਜਿਵੇਂ ਤੁਹਾਨੂੰ ਦੱਸਿਆ ਸੀਗਾ ਜੀ ਕਸਟਮਰ ਜਿਵੇਂ ਡਿਮਾਂਡ ਤੇ ਆ ਰਹੇ ਨੇ ਕਿ 컬러ਫੁਲ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਨੂੰ ਉਸੇ ਸਪੈਸ਼ਲੀ ਦਿਖਾ ਰਹੇ ਹਾਂ ਜਾਗੋ ਕਾਈਂਡ ਆਫ ਫੰਕਸ਼ਨ ਆ ਫਿਰ ਸੰਗੀਤ ਕਾਈਂਡ ਆਫ ਫੰਕਸ਼ਨ ਮਹਿੰਦੀ ਤੇ ਵੀ ਤੁਸੀਂ ਵੇਅਰ ਕਰ ਸਕਦੇ ਹੋ ਪੀਸ ਦੀ ਲੁੱਕ ਬਹੁਤ ਸਮਾਰਟ ਹੈ ਲਾਈਟ ਵੇਟ ਜਾਲਾਂਗਾ ਹੈਗਾ ਜੀ ਚੋਲੀ ਦੀ ਲੁੱਕ ਤੁਸੀਂ ਪਹਿਲਾਂ ਦੇਖ ਸਕਦੇ ਹੋ ਚੋਲੀ ਬਹੁਤ ਸਮਾਰਟ ਹੈ ਪਰਪਲ ਕਲਰ ਦੀ ਡਾਰਕ ਪਰਪਲ ਕਲਰ ਦੀ ਚੋਲੀ ਆਏਗੀ ਸਾਰਾ ਰੇਸ਼ਮ ਦਾ ਔਰ ਇਸ ਤਰ੍ਹਾਂ ਆਕਸੀਡਾਈਜ਼ 골ਡਨ ਕਲਰ ਦਾ ਵਰਕ ਆਏਗਾ neck ਤੇ ਬਹੁਤ ਬਰੀਕ ਜੇ ਪੋਟਲੀ ਬਟਨ ਜਿੱਤੇ ਗਏ ਨੇ ਥੋੜਾ ਡਿਫਰੈਂਸ਼ੀਏਟ ਕਰਨ ਵਾਸਤੇ strap ਤੇ ਵੀ ਸੇਮ ਐਮਬਰਾਇਡਰੀ ਆਏਗੀ ਔਰ ਤੁਸੀਂ ਦੇਖ ਸਕਦੇ ਹੋ ਸਾਰਾ ਬੈਲਟ ਵਗੈਰਾ ਪੋਰਸ਼ਨ ਬਹੁਤ ਸਭ ਬਣਿਆ ਹੈ ਚੋਲੀ ਦੇ ਵਿੱਚ ਇਧਰ نیچے ਸੈਂਟਰ ਸਲੇਟਾ ਰਹੇਗਾ 1 ਇੰਚ ਦਾ ਲਹਿੰਗਾ ਸਾਰਾ ਇਸ ਤਰ੍ਹਾਂ ਆਏਗਾ ਜੀ ਇਹਦਾ ਟੈਕਸਚਰ ਬੇਸ ਦੇ ਉੱਤੇ ਮਸਟਰਡ ਕਰਾ ਦਾ ਲਹਿੰਗਾ ਆਏਗਾ ਸਾਰਾ ਇਸ ਤਰ੍ਹਾਂ ਵੀਵਿੰਗ ਦਾ ਕਨਸੈਪਟ ਹੈ نیچے ਟੈਂਪਲ ਵਾਲੇ ਮੋਟਿਵਸ ਆਣਗੇ ਮਲਟੀ ਕਲਰ ਦੇ ਵਿੱਚ ਗ੍ਰੀਨ ਐਂਡ ਪਿੰਕ ਕਲਰ ਦੇ ਸਾਰੇ ਇਸ ਤਰ੍ਹਾਂ ਟੈਂਪਲ ਦੇ ਨਾਲ نیچے ਆਏਗੀ ਇਸ ਤਰ੍ਹਾਂ ਵੀਵਿੰਗ ਆਏਗੀ ਸੋ ਜੌਰਜਟ ਦਾ ਲਹਿੰਗਾ ਆਏਗਾ ਜੀ ਸਿਲਕ ਦੀ ਚੋਲੀ ਹੈ ਫਰੰਟ ਐਂਡ ਬੈਕ ਤੁਸੀਂ ਦੇਖ ਸਕਦੇ ਹੋ ਕਾਫੀ ਅੱਛਾ ਫਲੇਅਰ ਚ ਪੀਸ ਬਣਿਆ ਹੋਇਆ ਕੋਈ ਨਾ ਸੈਟਗਾ ਇਕ ਕੁਰੀਵਗਾ ਸੋਰਾ ਦਾ ਫਲੇਅਰ ਦਿਖਾ ਰਿਹਾ ਕਿ ਅੱਛਾ ਫਲੇਅਰ ਲੈਂਗੇ ਦਾ ਲੋ ਜੀ ਤੁਸੀਂ ਦੇਖ ਸਕਦੇ ਹੋ ਈਜ਼ੀ ਟੂ ਕੈਰੀ ਚੀਜ਼ ਹੈ ਜੀ ਬਿਲਕੁਲ ਲਾਈਟਵੇਟ ਜਿਹਾ ਆਰਟੀਕਲ ਹੈ ਇਹਦੇ ਨਾਲ ਜਿਹੜਾ ਤੁਹਾਨੂੰ ਦੁਪੱਟਾ ਦਿਖਾ ਰਿਹਾ ਜੀ ਉਹ ਵੀ ਕੰਟਰਾਸਟ ਆਏਗਾ ਸੋ ਬੇਸਿਕਲੀ ਕਲਰਫੁਲ ਕਨਸੈਪਟ ਹੈ 3D ਕੰਟਰਾਸਟ ਆਏਗਾ ਦੁਪੱਟਾ ਤੁਹਾਨੂੰ ਮਿਲੇਗਾ ਜੀ ਇਹਦੇ ਵਿੱਚ ਆਰਗੈਂਜ਼ਾ ਦਾ ਹੌਟ ਪਿੰਕ ਕਲਰ ਦਾ ਦੁਪੱਟਾ ਆਏਗਾ ਜੀ ਦੁਪੱਟੇ ਦੇ ਵਿੱਚ ਸਾਰੀ ਐਮਬਰਾਇਡਰੀ ਕੀਤੀ ਹੋਈ ਹੈ ਵਾਇਲਟ ਕਲਰ ਦੀ ਪਰਪਲ ਕਲਰ ਦੀ ਜਿਵੇਂ ਤੁਸੀਂ ਦੇਖ ਸਕਦੇ ਹੋ ਬਲੇ ਬਲੇ ਦੇ ਵੀ ਟੈਸਲ ਜਾਣਗੇ ਔਰ ਸੈਂਟਰ ਵਿੱਚ ਬੂਟੀਆਂ ਦੇ ਵੀ ਸਾਰੇ ਟੈਸਲਿੰਗ ਦਾ ਵਰਕ ਦਿੱਤਾ ਗਿਆ ਥੋੜਾ ਡਿਫਰੈਂਟ ਦੁਪੱਟਾ ਬਣਾਉਣ ਦੇ ਵਾਸਤੇ ਇਹ ਲੁਕਾਏਗੀ ਜੀ 3 ਪੀ ਸੈੱਟ ਦੀ ਆਈਟਮ ਨੰਬਰ ਸਾਡੀ ਆਜ ਦੀ ਹੈ ਜੀ ਇਹ ਵਾਲੀ 18 ਥੋੜੀ ਜੀ ਰੇਂਜ ਆਏਗੀ 18700 18700 ਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਸਾਡੀ ਆਜ ਦੀ 18 ਹੈ ਸਾਈਜ਼ਸ ਆਰ ਅਵੇਲੇਬਲ ਅਪ ਟੂ 40 ਨੈਕਸਟ ਔਨ ਹੋਮ ਮੈਂ ਦਿਖਾਉਣ ਜਾ ਰਹਾ ਜੀ ਬਹੁਤ ਸੁੰਦਰ ਥੋੜਾ ਜਿਹਾ ਮਾਡਰਨ ਸਟਾਈਲ ਦੇ ਵਿੱਚ ਆਏਗਾ ਲਹਿੰਗਾ ਚੋਲੀ ਇਹ ਵਾਲਾ नेवी बलू कलर आर्टिकल दिता गया बहुत समार्ट है इस तरह देख सकते है पीस बड़ी अच्छी हैंगर अलग कर दी चोली का थोड़ा चोली का आइडिया आजगा ना अलग इस तरह देख सकते हो दे जी प्योर जॉर्ज का नीचे लहंगा आएगा लहंगे लेंगे प्रिंटिंग बहुत समार्ट है और हाईलाइट आएगा ਡਾਰਕ ਬਲੂ ਕਲਰ ਦਾ ਬੇਸ ਹੈ ਜਿਹਦੇ ਉੱਤੇ 컬러ਫੁਲ ਪ੍ਰਿੰਟ ਹੈ نیچے ਕੇਲੇ ਉੱਤੇ ਵੀ ਸਾਰੇ ਇਸ ਤਰ੍ਹਾਂ ਬੂਟੀਆਂ ਬਣੀ ਹੋਈਆਂ ہیں ਸੀਕੁਐਂਸ ਦੀ ਔਰ ਨਾਲ ਬਾਰਡਰ ਦਿੱਤਾ ਗਿਆ ਐਸਾ ਲੁੱਕ ਦੇਖ ਸਕਦੇ ਹੋ ਪੂਰਾ ਫਲੇਅਰ ਆਏਗਾ ਜੀ ਲਹਿੰਗੇ ਦੇ ਵਿੱਚ ਵੀ ਨਾਲ ਟੈਸਲਸ ਦਿੱਤੇ ਗਏ ਨੇ ਬਹੁਤ ਪਿਆਰੇ 컬러ਫੁਲ ਜਿਹਾ ਲਹਿੰਗਾ ਆਏਗਾ ਇਹਦੇ ਨਾਲ ਜਿਹੜਾ ਤੁਹਾਨੂੰ ਟੌਪ ਮਿਲੇਗਾ ਜੋ ਵੀ ਬਹੁਤ ਸਮਾਰਟ ਹੈ ਟੌਪ ਦਾ ਇਸ ਲਈ ਹੈਂਗਰ ਲੱਗ ਕੀਤਾ ਸੋੜਰ ਤੁਹਾਨੂੰ ਸਟਿਚਿੰਗ ਦਾ ਟੌਪ ਦਾ ਸਮਝ ਆ ਜਾਵੇ ਐਸਾ ਦੇਖ ਸਕਦੇ ਹੋ ਨੈਕਸਟ ਆ ਰਹਾ ਇਸ ਤਰ੍ਹਾਂ ਰਾਉਂਡ ਬਣਾਇਆ ਹੋਇਆ ਜੀ ਡੀਪ ਨੈਕ ਆਏਗਾ ਔਰ ਨਾਲ ਬੈਕ ਵਸਤੇ ਇਹਦੇ ਨਾਲ ਡੋਰੀ ਦਿੱਤੀਆਂ ਗਿਆ ਨੇ نیچے ਦੇਖ ਸਕਦੇ ਹੋ ਸਾਰਾ ਹੈਂਡਵਰਕ ਆਏਗਾ ਔਰ ਐ ਸੀ ਕੱਟ ਵਿੱਚ ਬਲਾਊਜ਼ ਹੈ ਫਰੰਟ ਤੋਂ ਲੁੱਕ ਵੀ ਬਹੁਤ ਸਮਾਰਟ ਹੈ ਬਲਾਊਜ਼ ਦੀ ਪੂਰਾ ਸਾਰਾ ਵਰਕ ਆਏਗਾ ਦਿੱਤੇ ਸੀਕਵੈਂਸ ਦਾ ਬੈਕ ਦਿਖਾਓ ਬਾਜੀ ਬਲਾਊਜ਼ ਦਾ ਇਸ ਤਰ੍ਹਾਂ ਸਾਰਾ ਬਲਾਊਜ਼ ਬੈਕ ਤੋਂ ਅਟੈਚ ਹੈ ਬੈਕਲੈਸ ਸਟਾਈਲ ਆਏਗਾ ਔਰ ਇੱਥੇ ਤੁਸੀਂ ਹੁੱਕ ਦਿੱਤੇ ਹੋਏ ਨੇ इजीली ਇਹਨੂੰ ਆਪਾਂ ਟਾਈ ਕਰ ਸਕਦੇ ਹਾਂ ਬੈਕ ਤੇ ਵੀ ਐਮਬਰਾਇਡਰੀ ਆਏਗੀ ਇਹ ਲੋਕ ਆਏਗੀ ਜੀ ਬਲਾਊਜ਼ ਦੀ ਇਹਦੇ ਨਾਲ ਜਿਹੜਾ ਦੁਪੱਟਾ ਹੈ ਜੀ ਜਿਵੇਂ ਤੁਸੀਂ ਤੁਹਾਨੂੰ ਦਿਖਾਇਆ ਕਿ ਮਾਡਰਨ ਆਰਟੀਕਲ ਹੈ ਸੋ ਦੁਪੱਟਾ ਵੀ ਇਸ ਨਾਲ ਥੋੜਾ ਸਲਿਮ ਜਿਹਾ ਆਏਗਾ ਜ਼ਿਆਦਾ ਬ੍ਰਾਡ ਦੁਪੱਟਾ ਨਹੀਂ ਆਏਗਾ ਸ਼ਿਨਨ ਫੈਬਰਿਕ ਦਾ ਦੁਪੱਟਾ ਆਏਗਾ ਜੀ ਸਾਰੀ ਇਸ ਤਰ੍ਹਾਂ ਸੀਕੁਐਂਸ ਦੀ ਐਮਬਰਾਇਡਰੀ ਕੀਤੀ ਹੈ 4 ਸਾਈਡ ਬਾਰਡਰ ਗੋਟਾ ਪੱਤੀ ਦੀ ਇਸ ਤਰ੍ਹਾਂ ਫਿਨਿਸ਼ਿੰਗ ਆਏਗੀ ਇਹ ਲੋਕ ਆਏਗੀ ਜੀ ਪੂਰੇ ਸੈੱਟ ਦੀ ਆਈਟਮ ਨੰਬਰ ਸਾਡੀ ਅੱਜ ਦੀ ਹੈ ਜੀ ਇਹ ਵਾਲੀ 19th ਹੋਰੀ ਦੀ ਰੇਂਜ ਆਏਗੀ 16020 16020 ਦਾ ਪ੍ਰਾਈਸ ਰਹੇਗਾ ਜੀ ਆਈਟਮ ਨੰਬਰ ਸਾਡੀ ਅੱਜ ਦੀ 19 ਸਾਈਜ਼ਸ ਆਰ ਅਵੇਲੇਬਲ ਅਪ ਟੂ 40 ਨੈਕਸਟ ਹੋਰ ਹੁਣ ਤੁਹਾਨੂੰ ਡਿਫਰੈਂਟ ਅਗੇਨ ਕਨਸੈਪਟ ਦਿਖਾਉਣ ਜਾ ਰਿਹਾ ਜੀ ਸ਼ਾਰਟ ਫਰੌਕ ਦੇ ਨਾਲ ਤੁਹਾਨੂੰ ਹੁਣ ਪਲਾਜ਼ੋ ਦਿਖਾ ਰਿਹਾ ਸੁੱਕੀ ਮਹਿੰਦੀ ਕਲਰ ਦੇ ਵਿੱਚ ਹੈ ਇਹਦੇ ਨਾਲ ਜਿਹੜਾ ਕੰਟਰਾਸਟ ਹੈਗਾ ਉਹ ਵਾਈਨ ਕਲਰ ਦਿੱਤਾ ਗਿਆ ਇਹਦੇ ਵਿੱਚ ਇਸ ਵੀਕ ਸਾਡੇ ਕੋਲ ਦੋ ਡਿਜ਼ਾਈਨਸ ਨਿਊ ਆਏ ਸੀਗੇ ਇੱਕ ਤੁਸੀਂ ਜਿਹੜਾ ਦੇਖ ਰਹੇ ਹੋ ਬੈਕ ਤੇ ਡਿਸਪਲੇਡ ਹੈਗਾ ਔਰ ਇਹ ਕੇਵਲਾ ਡਿਜ਼ਾਈਨ ਆਏਗਾ ਸੁੱਕੀ ਮਹਿੰਦੀ ਕਲਰ ਦੇ ਵਿੱਚ ਬਹੁਤ ਹੀ ਸੁੰਦਰ ਪੀਸ ਹੈ ਇਹ ਵੀ ਦੇਖ ਸਕਦੇ ਹੋ ਜੀ ਜਿਹੜੀ ਇਹਦੀ ਫਰੌਕ ਹੈਗੀ ਹੈ ਮਤਲਬ ਨੀ ਲੈਂਥ ਆਏਗੀ ਗੋਟਿਆ ਤੱਕ ਇਹਦੀ ਲੈਂਥ ਰਹੇਗੀ ਉਸ ਤੋਂ ਬਾਅਦ نیچے ਪਲਾਸੋ ਦਿੱਤਾ ਗਿਆ ਪਹਿਲਾਂ ਤੁਹਾਨੂੰ ਮੈਂ ਇਹਦੀ ਸ਼ਰਟ ਦੀ ਡਿਟੇਲਿੰਗ ਦਿਖਾ ਦਿੰਨਾ ਵਾਈਨ ਕਲਰ ਦਾ ਸਾਰਾ ਦੇ ਉੱਤੇ ਥ्रेड ਵਰਕ ਆਏਗਾ ਨਾਲ ਸੀਕੁਐਂਸ ਦਾ ਹਾਈਲਾਈਟ ਆ ਗਿਆ ਦੇ ਉੱਤੇ neck ਕਾਫੀ ਅੱਛਾ ਬਣਿਆ ਹੋਇਆ ਉਸ ਤੋਂ ਬਾਅਦ ਸਾਰੀ ਜਿਹੜੀ ਇਹਦੀ ਪਲੀਟਸ ਹੈਗੀਆਂ ਨੇ ਇਸ ਤਰ੍ਹਾਂ ਸ਼ੁਰੂ ਹੁੰਦੀਆਂ ਯੋਗ ਤੋਂ ਜਿਹਦੇ ਸਾਰਾ ਆਏਗਾ ਇਸ ਤਰ੍ਹਾਂ ਹੈਂਡ ਵਰਕ ਦਿੱਤਾ ਗਿਆ ਸੀਕੁਐਂਸ ਦਾ ਨਾਲ ਘੇਰੇ ਦੇ ਵੀ ਬਹੁਤ ਸੋਹਣਾ ਇਸ ਤਰ੍ਹਾਂ ਵਰਕ ਆਏਗਾ ਵਾਈਨ ਕਲਰ ਦੇ ਵਿੱਚ ਇਸ ਨਾਲ ਜਿਹੜਾ ਪਲਾਜ਼ੋ ਹੈ ਜੀ ਉਹ ਵੀ ਤੁਹਾਨੂੰ ਦਿਖਾਉਣ ਲੱਗੇ ਆ ਪਲਾਜ਼ੋ ਵੀ ਕਾਫੀ ਅੱਛਾ ਬਣਿਆ ਹੁੰਦਾ ਹੈ ਮਤਲਬ ਜਿੰਨਾ ਕਿ ਵਿਜ਼ਿਬਿਲਟੀ ਰਹੇਗੀ ਪਲਾਜ਼ੋ ਦੀ ਉੱਨੇ ਕੇ ਤੇ ਐਮਬਰਾਇਡਰੀ ਆਏਗੀ ਦੇਖ ਸਕਦੇ ਆ ਕਿਉਂ ਜੌਰਜਟ ਦਾ ਪਲਾਜ਼ੋ ਹੈਗਾ ਨਾਲ ਪਲਾਜ਼ੋ ਦੇ ਐਂਡ ਤੇ ਐਮਬਰਾਇਡਰੀ ਆਏਗੀ ਇਹ ਵੀ ਜਿਹੜਾ ਕਨਸੈਪਟ ਹੈ ਜੀ ਕਟ 슬ੀਵਸ ਹਲੇ ਫਿਲਹਾਲ ਹੈ ਤੁਸੀਂ ਇਹਦੇ ਨਾਲ 슬ੀਵਸ ਵੀ ਲਗਾ ਸਕਦੇ ਹੋ 슬ੀਵਸ ਦਾ ਵੀ ਆਪਸ਼ਨ ਅਵੇਲੇਬਲ ਹੈ ਬੈਕ ਵੀ ਕਾਫੀ ਅੱਛਾ ਬਣਿਆ ਜੀ ਲਾਈਟ ਵੇਟ ਦਾ ਬੈਕ ਆਏਗਾ ਇਹਦਾ ਬੈਕ ਤੇ ਜ਼ਿਪਰ ਦਿੱਤਾ ਗਿਆ ਹੈ ਔਰ ਬੈਕ ਥੋੜਾ ਡੀਪ ਰਹੇਗਾ ਇਦੇ ਨਾਲ ਜਿਹੜਾ ਦੁਪੱਟਾ ਹੈ ਜੀ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੰਟਰਾਸਟ ਦੁਪੱਟਾ ਆਏਗਾ ਇਹਦੇ ਨਾਲ ਵਾਈਨ ਕਲਰ ਦਾ ਵੋਵਨ ਦੁਪੱਟਾ ਆਏਗਾ ਜੀ ਸਾਰਾ ਇਸ ਤਰ੍ਹਾਂ ਤਾਣਾ ਬਾਣਾ ਦੇ ਵਿੱਚ ਸਾਰਾ ਦੁਪੱਟਾ ਆਏਗਾ ਇਹਦਾ ਸਿਲਕ ਦਾ ਦੁਪੱਟਾ ਹੈ ਡੋਲਾ ਦਾ ਇੱਕ ਵਾਰੀ ਆਈ वुड ਸੁਜੈਸਟ ਐਵਰੀ ਕਸਟਮਰ ਜਿਹੜਾ ਸਾਡੇ ਦੇਖ ਰਣੇ ਨੇ ਜੀ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਅੱਛਾ ਹੈ ਇਹਦਾ ਸੁੱਕੀ ਮਹਿੰਦੀ ਦੇ ਨਾਲ ਜਿਹੜਾ ਕਲਰ ਕੰਬੀਨੇਸ਼ਨ ਦੇ ਰਹੇ ਹਨ ਤੁਹਾਨੂੰ ਵਾਈਨ ਕਲਰ ਦਾ ਬਹੁਤ ਹੀ ਅੱਛਾ ਹੈਗਾ ਆਈਟਮ ਨੰਬਰ ਸਾਡੀ ਅੱਜ ਦੀ ਕੀ ਹੈ ਜੀ 20 ਔਰ ਇਹਦੀ ਰੇਂਜ ਆਏਗੀ 1424 14240 ਦਾ ਪ੍ਰਾਈਸ ਰਹਿ ਗਿਆ ਜੀ ਆਈਟਮ ਨੰਬਰ ਸਾਡੀ ਆਜ ਦੀ 20 ਹੈਗੀ ਆ ਨੈਕਸਟ ਸਾਡੀ ਜਿਹੜੀ ਵੀਡੀਓ ਦੀ ਲਾਸਟ ਆਈਟਮ ਹੈਗੀ ਹੈ ਜੀ ਇਹਦੇ ਵਿੱਚ ਤੁਹਾਨੂੰ 3 ਕਲਰਸ ਅਵੇਲੇਬਲ ਨੇ ਜੀ ਸਾਡੇ ਹਲੇ ਫਿਲਹਾਲ ਇਹ ਵੀ ਜਿਹੜਾ ਹੈਗਾ ਸ਼ਾਰਟ ਫਰੌਕ ਨਾਲ ਪਲਾਜ਼ੋ ਆਏਗਾ 3 ਕਲਰਸ ਅਵੇਲੇਬਲ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਥੇਰ ਇਜ਼ 1 ਫਿਰੋਜ਼ੀ ਐਂਡ ਥੇਰ ਇਜ਼ 1 ਮਾਰਜੈਂਟਾ ਔਰ ਤੀਸਰਾ ਕਲਰ ਆਏਗਾ ਨੇਵੀ ਬਲੂ ਸਬ ਦੇ ਨਾਲ ਜਿਹੜੇ ਦੁਪੱਟੇ ਨੇ ਜੀ ਸੇਮ ਕਲਰ ਦੇ ਆਣਗੇ ਇਸ ਤਰ੍ਹਾਂ ਲੇਰਲ ਕਲਰ ਦੇ ਜਾਂ ਕਹਿ ਲਓ ਵੀ ਡਸਟੀ ਮਸਟਰਡ ਕਲਰ ਦੇ ਦੁਪੱਟੇ ਆਣਗੇ ਦੁਪੱਟੇ ਵੀ ਸਾਰੀ ਇਸ ਤ वीविंग आएगी और गैनजा के दुबटे हैगे ने फोर साइड बॉर्डर से वर्क आएगा जी प्रोपर और कलरफुल टैसल दते हुए ने हम थो एक बार फ्रॉक दिखा दे देना है फ्रॉक बहुत स्मार्ट है काफ़ी कस्टमर इधर का प्राइस पूछ रहे थे स्पेशल चीज़ है जी सारे कलर जो दे, 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 दे रहे हैं तीनों ही कलर बिल्कुल न्यू ने कलर देख सकते हो एम्ब्रॉयडरी मैचिंग बहुत समार्ट है सारी थ्रेड वर्क की एम्ब्रॉयडरी आएगी इस तरह जिन्ना तुम फ्लेयर ओपन करोगे इस ड्रैस का सारा ही उसे एम्ब्रॉयडरी दी गई है बहुत अच्छा पीस है ਸਾਰੇ ਕਸਟਮਰਜ਼ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਇਹ ਵਾਲਾ ਪੀਸ ਕਮੈਂਟ ਕਰਕੇ ਇਹਦੇ ਨਾਲ ਤੁਹਾਨੂੰ ਜੌਰਜਟ ਫੈਬਰਿਕ ਦਾ ਨੀਚੇ ਪਲਾਜ਼ੋ ਮਿਲੇਗਾ ਜੀ ਸੇਮ ਫੈਬਰਿਕ ਦਾ ਪਲਾਜ਼ੋ ਦਿੱਤਾ ਗਿਆ ਸੋ ਸ਼ਾਰਟ ਫਰੌਕ ਆਏਗੀ ਜੀ ਨੀਜ਼ ਲੈਂਥ ਲੈਂਥ ਵਿੱਚ ਫਰੌਕ ਆਏਗੀ ਨਾਲ ਤੁਹਾਨੂੰ ਪਲਾਜ਼ੋ ਮਿਲੇਗਾ ਅਗੇਨ 3 ਕਲਰ ਕੰਬੀਨੇਸ਼ਨਸ ਆਰ ਅਵੇਲੇਬਲ ਤੁਹਾਨੂੰ ਮੈਂ ਹੁਣੇ ਫਿਰੋਜ਼ੀ ਦਿਖਾਇਆ ਹੈਗਾ ਦੂਸਰਾ ਕਲਰ ਕੰਬੀਨੇਸ਼ਨ ਆਏਗਾ ਜੀ ਮਜੈਂਟਾ ਪਿੰਕ ਦੇ ਨਾਲ ਸੇਮ ਦੁਪੱਟੇ ਸਭ ਦੇ ਸੇਮ ਆਣਗੇ ਕਲਰ ਕੰਬੀਨੇਸ਼ਨ ਚੇਂਜ ਹੈਗੇ ਨੇ ਮਜੈਂਟਾ ਤੇ ਵੀ ਤੁਸੀਂ ਦੇਖ ਸਕਦੇ ਹੋ embroidery detail ਕਾਫੀ ਅੱਛੀ ਦਿੱਤੀ ਗਈ ਸੈਂਟਰ ਵਿੱਚ ਬਟਨਸ ਆਣਗੇ ਡਮੀ ਤੇ ਪਨਲ ਸਿਰਫ ਇੱਕ ID ਹੁੰਦਾ ਕਿ ਕਸਟਮਰ ਨੂੰ ਕਿਦਾਂ ਪਾਇਆ ਹੋਏ ਲੱਗੇਗਾ ਸੋ ਦੈਟ ਇਜ਼ ਵਾਈ ਇੱਕ ਪੀਸ ਡਮੀ ਤੇ ਡਿਸਪਲੇਡ ਹੈਗਾ ਸੋ ਸੈਕਿੰਡ ਕਲਰ ਕੰਬੀਨੇਸ਼ਨ ਸਾਡਾ अवेलेबल ਆਏਗਾ ਜੀ ਹੌਟ ਪਿੰਕ ਮੂਵਿੰਗ ਔਨ ਟੂ ਦਾ ਥਰਡ ਵਨ ਥਰਡ ਆਏਗਾ ਜੀ ਨੇਵੀ ਬਲੂ ਕਲਰ ਦੇ ਵਿੱਚ ਨੇਵੀ ਬਲੂ ਕਲਰ ਵੀ ਕਾਫੀ ਸਮਾਰਟ ਹੈ ਐਂਡ ਅੱਜਕੱਲ ਜਿਵੇਂ ਚੱਲ ਰਿਹਾ ਫੈਸ਼ਨ ਕਸਟਮਰਸ ਕੋਲ ਕਾਟ ਹੀ ਹੁੰਦਾ ਹੈਗਾ ਨੇਵੀ ਬਲੂ ਕਲਰ ਸੋ ਯੂ ਕੈਨ ਗੋ ਫਾਰ ਥੀਸ ਕਲਰ ਐਸ ਵੈਲ इस तरह तुम देख सकते हो रेशम का काम बहुत सोहना किया कलर मैचिंग इस मेन पार्ट रेशम जो किया कलर मैचिंग बहुत समार्ट हैगी है सो है। so, यह सा थर्ड ऑप्शन आएगा जी तीनों ही सेम आर्टिकल्स ने तीन कलर ऑप्शन अवेलेबल नेचेज कर सकते हो रइट नाउ देर अवेलेबल आइटम नंबर साइड आई जी ट्वेंटी फस्ट हैगी है जी रेंजी आएगी बारह हजार नौ सौ नब्बे ट्वेल्व थाउजेंड नाइन नाइनटी ईच है जी थ्री कलर त्� अवेलेबल ने फेरोजी हॉट पिंक एंड नेवी ब्लू ਇਦੇ ਵਿੱਚ ਜਿਹੜੇ ਸਾਈਜ਼ਸ ਅਵੇਲੇਬਲ ਨੇ ਸਾਡੇ ਕੋਲ 42 ਤੱਕ ਅਵੇਲੇਬਲ ਨੇ ਅਗਰ ਕੋਈ ਸਪੈਸ਼ਲ ਸਾਈਜ਼ ਅਗਰ ਆਪਨੂੰ ਬੜਾ ਚਾਹੀਦਾ ਹੈ ਓਬਵੀਅਸੀ ਬਣਵਾ ਸਕਦੇ ਆ ਆਰਡਰ ਦੇ ਉੱਤੇ ਅੱਜ ਦੀ ਵੀਡੀਓ ਖਤਮ ਕਰਨ ਤੋਂ ਪਹਿਲਾਂ ਜੀ ਤੁਹਾਨੂੰ ਮੈਸੇਜ ਦੇਣਾ ਚਾਹੁੰਦੇ ਸੀ ਸਾਡਾ ਜਿਹੜਾ WhatsApp ਨੰਬਰਸ ਨੇ ਪਲੀਜ਼ ਇਹ ਸਾਡੇ ਨੋਟ ਤੁਸੀਂ ਕਰ ਸਕਦੇ ਹੋ ਇਹਨਾਂ 3 ਨੰਬਰਸ ਤੋਂ ਤੁਸੀਂ ਕੋਈ ਵੀ ਇੱਕ ਨੰਬਰ ਆਪਣੇ ਫੋਨ ਤੇ ਸੇਵ ਕਰਕੇ ਸਕਰੀਨਸ਼ਾਟ ਕਲਿੱਕ ਕਰੋ ਔਰ ਆਪਣੇ ਆਰਡਰਸ ਸੰਵੇਸ਼ WhatsApp ਤੇ ਸੈਂਡ ਕਰੋ ਵੀ ਡਿਲੀਵਰ ਵਰਲਡਵਾਈਡਸ ਇਹ ਡਿਲੀਵਰੀ ਸਾਡੀ ਵਰਲਡਵਾਈਡ ਅਵੇਲੇਬਲ ਹੈ for ready made articles alterations ਜਿਹੜੇ ਚਾਰजेस ਨੇ ਉਹ ਇਨਕਲੂਡਡ ਹੈਗੇ ਨੇ ਸੋ ਤੁਸੀਂ ਮੈਜ਼ਰਮੈਂਟਸ ਪੇਜ ਕੇ ਆਪਣੀ ਜਿਹੜੀ ਹੈ ਪ੍ਰੋਪਰ ਫਿਟਿੰਗ ਕਰਵਾ ਕੇ ਆਪਣੀ ਚੀਜ਼ ਮੰਗਵਾ ਸਕਦੇ ਹੋ ਆਲਸੋ ਫੈਨੀ ਕਸਟਮਰ ਇਸ ਵਿਜ਼ਿਟਿੰਗ ਟੂ ਅਸ ਤੁਸੀਂ ਅਗਰ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਜੀ ਸਟੋਰ ਦੇ ਉੱਤੇ ਹੋਰ ਵੀ ਬਹੁਤ ਵੈਰਾਈਟੀ ਸਾਡੇ ਕੋਲ ਆਈ ਹੋਈ ਹੈ ਵਿਡਿੰਗ ਸ਼ੋਪਿੰਗ ਦੇ ਵਾਸਤੇ ਅਗਰ ਆਪ ਚਾਹਣੇ ਹੈ ਵੀਡੀਓ ਕਾਲ ਸੈਸ਼ਨਸ ਤਾਂ ਉਹ ਵੀ ਸੇਮ ਨੰਬਰਸ ਤੇ ਅਵੇਲੇਬਲ ਨੇ ਤੁਸੀਂ ਕੰਟੈਕਟ ਕਰਕੇ ਆਪਣਾ ਵੀਡੀਓ ਕਾਲ ਸੈਸ਼ਨ ਬੁੱਕ ਕਰਾ ਸਕਦੇ ਹੋ ਐਂਡ ਰਿਮੈਂਬਰ ਜੀ ਸਾਡੀ ਜਿਹੜੀ ਬ੍ਰਾਂਚ ਹੈ that is in malton market ludhiana ਆਪਣੀ ਕਈ ਸਿੰਗਲ ਬ੍ਰਾਂਚਸ ਸੋਲ ਸਟੋਰ ਹੈਗਾ ਹੈ ਬਲਾ ਪੋਸਟ ਆਫਿਸ ਔਂਗ ਮਾਲਟਨ ਮਾਰਕੀਟ ਲੁਧਿਆਣਾ ਹੈਗਾ ਜੀ ਸੋ थैंक यू so much ਬਨੇ ਰਹਿਣਾ ਸਾਡੀ ਵੀਡੀਓ ਦੇ ਵਿੱਚ थैंक यू so much ਜੀ ਸ਼ਸ਼ੀਕਾਂ